ਕਿ ਜਿਹੜੇ ਜੀ7 ਵੈਲਦੀ ਡੈਮੋਕ੍ਰੇਸੀਸ ਨੇ ਹਾਂਜੀ ਅਮੀਰ ਲੋਕਤੰਤਰੀ ਦੇਸ਼ ਬਿਲਕੁਲ ਜੀ ਲਿਵਰਪੂਲ ਇੰਗਲੈਂਡ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਈ ਆ ਹਾਂਜੀ ਤੇ ਰਸ਼ੀਆ ਨੂੰ ਉਹਨਾਂ ਨੇ ਧਮਕੀ ਦਿੱਤੀ ਜਦੋਂ ਮਾਸਕੋ ਦੇ ਵਿੱਚ ਵਿంటర్ 올림픽 ਹੋ ਰਹੀਆਂ ਸਨ ਤੇ ਇਹਨਾਂ ਮਿਲਕਾਂ ਵੱਲੋਂ ਜਾਂ ਯੂਕਰੇਨ ਵੱਲੋਂ ਇਹ ਕੋਸ਼ਿਸ਼ ਕਿਉਂਕਿ ਇਹ ਦੁਨੀਆ ਦੇ ਜਿਹੜੇ ਮਾਰੂ ਕਹਿੰਦੇ ਨੇ ਕਿ ਯੂਕਰੇਨ ਨੂੰ ਨੈਟੋ ਦੇ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਕਰੈਮੀਆ ਦੇ ਵਿੱਚ ਕੁਝ ਇਦਾਂ ਦੀ ਡਿਪਲੋਇਮੈਂਟ ਦੀ ਗੱਲ ਕੀਤੀ ਜਾ ਰਹੀ ਸੀ ਹੂੰ لیکن رشیا نے اولمپک ਖੇਲਨਾ ਦੇ ਖਤਮ ਹੋਣ ਤੋਂ ਤੀਜੇ ਦਿਨ ਬਾਅਦ ਉੱਥੇ ਅਟੈਕ ਕਰਕੇ ਤੇ ਕਰਾਇਮੀਆਂ ਜਿਹੜਾ ਸੀ ਉਹ ਇੱਕ ਇੰਡੀਪੈਂਡੈਂਟ ਸੂਬਾ ਬਣਾਤਾ ਸੀ ਲੇਕਿਨ ਕਿਹਾ ਜਾ ਰਿਹਾ ਕਿ ਜਿਹੜੀ ਜਿਹੜੀ ਚਾਈਨਾ ਦੀਆਂ ਹਿਊਮਨ ਰਾਈਟਸ ਦੀਆਂ ਜਿਹੜੀਆਂ ਉੱਥੇ ਘਟਨਾਵਾਂ ਹੁੰਦੀਆਂ ਨੇ ਜਿਹੜਾ ਉਹਨਾਂ ਦਾ ਹਿਊਮਨ ਰਾਈਟਸ ਦਾ ਰਿਕਾਰਡ ਹੈ ਔਰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡਾ ਇੱਕ ਪ੍ਰੋਟੈਸਟ ਹੈ ਔਰ ਚਾਈਨਾ ਨੇ ਇਹ ਸਾਰੀ ਜਿਹੜੀ ਜੋ ਇਹ ਘਟਨਾ ਕਰਮੈਂ ਉਹਨਾਂ ਨੇ ਇਹ ਕਿਹਾ ਕਿ ਇਹ ਬਹੁਤ ਮੰਤ ਭਗੀ ਗੱਲ ਹੈ ਤੇ ਨਾਲ ਉਹਨਾਂ ਦੀ ਜਿਹੜੀ ਸ਼ਬਦਾਬਲੀ ਸੀ ਉਹ ਵਾਕਈ ਥੋੜੀ ਇਹ ਸੀ ਉਹਨਾਂ ਦੇ ਲਫ਼ਜ਼ ਇਹ ਸਨ ਕਿ ਇਹਦੇ ਗੰਭੀਰ ਸਿਟਿੰਗ ਅਸੀਂ ਸਾਰੇ ਜਾਣਦੇ ਹਾਂ ਕਿ ਜੇਸਨ ਕੈਨੀ ਉਹਨਾਂ ਨੇ ਜਦੋਂ ਲੀਡਰਸ਼ਿਪ ਦੀ ਦੌੜ ਜਿੱਤੀ ਸੀ ਤੇ ਉਹਨਾਂ ਨੇ ਆਪਣੇ ਬ੍ਰਾਇਨ ਜੀਨ ਉਹਨਾਂ ਨੂੰ ਹਰਾਇਆ ਸੀ ਤੇ ਉਸ ਫਾਈਟ ਦੇ ਵਿੱਚ ਉਸੇ ਵੇਲੇ ਤੋਂ ਇਹਨਾਂ ਤੇ ਇਲਜ਼ਾਮ ਲੱਗੇ ਸਨ ਕਿ ਇਹਨਾਂ ਨੇ ਗਲਤ ਤਰੀਕੇ ਨਜ਼ਾਇਜ਼ ਤਰੀਕੇ ਵਰਤ ਕੇ ਵੋਟਾਂ ਪਵਾਈਆਂ ਨੇ ਜਿਹਦੇ ਵਿੱਚ ਕੈਲਗੀ ਦੇ ਕੁਝ ਸੱਜਣ ਸਨ ਜਿਨ੍ਹਾਂ ਨੇ ਜਿਹੜੇ ਸੰਤ ਹੈ ਯੂਸੀਪੀ ਦੇ ਲੇਕਿਨ ਉਹਨਾਂ ਨੇ ਬੜਾ ਓਪਨਲੀ ਦੱਸਿਆ ਸੀ ਕਿ ਕਿਸ ਤਰ੍ਹਾਂ ਵੋਟਾਂ ਖਰੀਦ ਕੇ ਤੇ ਇਹ ਜਿਸਨ ਕੈਨੀ ਹਮਾਰੇ ਹੱਕ ਦੇ ਵਿੱਚ ਫੋਟਾ ਪਗਦਾਂ ਨਹੀਂ ਆ ਗਿਆ ਜੀ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਟਸ ਲੈ ਕੇ ਹਾਜ਼ਰ ਹਾਂ ਜੀ ਮਨਜੀਤ ਸਿੰਘ ਫੇਰਮਾਨ ਵੱਲੋਂ ਆਪ ਜੀ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਕੁਝ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਬਰਾਂ ਉੱਪਰ ਗੱਲਬਾਤ ਹੋਵੇਗੀ ਗੱਲਬਾਤ ਵਿੱਚ ਮੇਰਾ ਸਾਥ ਦੇਣ ਲਈ ਸਾਡੀ ਟੀਮ ਦੇ ਅਹਿਮ ਮੈਂਬਰ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ ਜੀ ਸਰਦਾਰ ਗੁਰਿੰਦਰ ਸਿੰਘ ਹੀਰ ਆਓ ਜੀ ਉਹਨਾਂ ਦਾ ਸਵਾਗਤ ਕਰ ਲੀਨੇ ਆ ਪਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਕਿ ਕੁਝ ਖਾਸ ਸੁਰਖੀਆਂ ਦੀ ਗੱਲਬਾਤ ਹੋਵੇਗੀ ਠੀਕ ਹੈ ਜੀ ਸਭ ਤੋਂ ਵੱਡੀ ਮਹੱਤਵਪੂਰਨ ਇੱਕ ਖਬਰ ਹੈ ਜੀ ਕਿ ਜਿਹੜੇ ਜੀ7 ਵੈਲਦੀ ਡੈਮੋਕ੍ਰੇਸੀਸ ਨੇ ਹਾਂਜੀ ਅਮੀਰ ਲੋਕਤੰਤਰੀ ਦੇਸ਼ ਬਿਲਕੁਲ ਜੀ ਲਿਵਰਪੂਲ ਇੰਗਲੈਂਡ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਈ ਹੈ ਹਾਂਜੀ ਤੇ ਰਸ਼ੀਆ ਨੂੰ ਉਹਨਾਂ ਨੇ ਧਮਕੀ ਦਿੱਤੀ ਹੈ ਕੀ ਖਬਰ ਕੀ ਹੈ ਪੂਰੀ ਮੰਜੀ ਸਿੰਘ ਜੀ ਵੈਸੇ ਮੈਂ ਧਮਕੀ ਨਾਲੋਂ ਜ਼ਿਆਦਾ ਇਹਨੂੰ ਚੇਤਾਵਨੀ ਹਮ ਲਹਜਾ ਉਹ ਮਤਲਬ ਕਿ ਉਹਦਾ ਇਸਤੇਮਾਲ ਕਰਾਂਗਾ ਜੀ ਵਾਰਨ ਕੀਤਾ ਬਿਲਕੁਲ ਉਹਨਾਂ ਨੂੰ ਵਾਰਨ ਕੀਤਾ ਹੂੰ ਦੂਜੀ ਗੱਲ ਇਹ ਹੈ ਕਿ ਇਹ ਬਿਨਾਂ ਸ਼ੱਕ ਇਹ ਜਿਹੜੀ ਖਬਰ ਹੈ ਦੁਨੀਆ ਦੇ ਵਿੱਚ ਅਗਰ ਕਿਉਂਕਿ ਜਿਹੜੀ ਸ਼ਾਂਤੀ ਹੈ ਨਾ ਦੁਨੀਆ ਦੇ ਵਿੱਚ ਸ਼ਾਂਤੀ ਜਿਹੜੀ ਆ ਉਹ ਬੜੀ ਜ਼ਰੂਰੀ ਹੈ ਜੀ ਲੇਕਿਨ ਇਸ ਖਬਰ ਦੀ ਅਹਿਮੀਅਤ ਇਸ ਕਰਕੇ ਵੱਜ ਜਾਂਦੀ ਹੈ ਕਿ ਇਹ ਜਿਹੜਾ ਕਾਰਨ ਹੈ ਇਹ ਜਿਹੜਾ ਕਨਫਲੈਕਟ ਹੈ ਇਹਦੇ ਚਾਂ ਇਹਦੇ ਦੇ ਵਿੱਚ ਇਹਦੀਆਂ ਸੰਭਾਵਨਾ ਹੋ ਸਕਦੀਆਂ ਨੇ ਕਿ ਸ਼ਾਇਦ ਸਮੁੱਚੀ ਦੁਨੀਆ ਦੀ ਸ਼ਾਂਤੀ ਦੇ ਵਿੱਚ ਅਸਰ ਪਾ ਸਕਦਾ ਮੈਂ ਨਹੀਂ ਕਹਿੰਦਾ ਪਾਵੇਗਾ ਲੇਕਿਨ ਪਾ ਸਕਦਾ ਜੀ ਕਿਉਂਕਿ ਇਸ ਦੀ ਹਿਸਟਰੀ ਹੈ ਹਿਸਟਰੀ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਜਿਹਨੂੰ ਅੱਜ ਕੱਲ ਅਸੀਂ ਰਸ਼ੀਆ ਕਹਿੰਨੇ ਆ ਉਹ ਸੋਵੀਅਤ ਯੂਨੀਅਨ ਹੁੰਦਾ ਸੀ ਯੂਐਸਐਸਆਰ ਹੁੰਦਾ ਸੀ ਯੂਐਸਐਸਆਰ ਹੁੰਦਾ ਸੀ ਜਿਹੜਾ ਯੂਕਰੇਨ ਆ ਇਹ ਯੂਐਸਐਸਆਰ ਹੀ ਹੁੰਦਾ ਸੀ ਬਿਲਕੁਲ ਸੋ ਜਦੋਂ ਯੂਐਸਐਸਆਰ ਜਿਹੜਾ ਅਗਰ ਅਸੀਂ ਇਹ ਕਹੀਏ ਕਿ ਉਹਦੇ ਟੋਟੇ ਹੋਏ ਕਹਿ ਲਵਾਂ ਸਿੱਧੀ ਪੰਜਾਬੀ ਦੇ ਵਿੱਚ ਦਿਸ ਇੰਟੀਗ੍ਰੇਸ਼ਨ ਕਹ ਦਨੇ ਆਪਾਂ ਡਿਸ ਇੰਟੀਗ੍ਰੇਸ਼ਨ ਹੋਈ ਜਦੋਂ ਰਸ਼ੀਆ ਬਣਿਆ ਤੇ ਜਿਹੜਾ ਯੂਕਰੇਨ ਆ ਇੱਕ ਵੱਡਾ ਮੁਲਕ ਜਿਹੜਾ ਵੱਖਰਾ ਮੁਲਕ ਬਣਿਆ ਜੀ ਦੂਸਰੀ ਇਸ ਦੀ ਹਿਸਟਰੀ ਵਿੱਚ ਤੁਹਾਨੂੰ ਥੋੜਾ ਜਿਹਾ ਪਿਸ਼ੋਕੜ ਦੇ ਵਿੱਚ ਲੈ ਕੇ ਜਾਵਾਂਗਾ ਕਿ ਹੁਣ ਵਿంటర్ 올림픽 ਹੋਣੀਆਂ ਨੇ ਚਾਈਨਾ ਦੇ ਵਿੱਚ ਉਹਦੇ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਲੇਕਿਨ ਵਿంటర్ 올림픽 2014 ਦੇ ਵਿੱਚ ਮਾਸਕੋ ਵਿੱਚ ਹੋਈਆਂ ਸਨ ਜੀ ਔਰ ਉਸ ਵੇਲੇ ਇਸੇ ਹੀ ਤਰ੍ਹਾਂ ਦੀ ਇੱਕ ਸਿਚੁਏਸ਼ਨ ਡਵੈਲਪ ਹੋਈ ਸੀ ਹੂੰ ਉਹ ਸਿਚੁਏਸ਼ਨ ਦੇ ਵਿੱਚ ਇੱਕ ਤਣਾਅ ਦੀ ਸਿਚੁਏਸ਼ਨ ਪੈਦਾ ਹੋਈ ਸੀ ਯੂਕਰੇਨ ਦੇ ਵਿੱਚ ਤੇ ਰਸ਼ੀਆ ਦੇ ਵਿੱਚ ਹੂੰ ਯੂਕਰੇਨ ਦਾ ਇੱਕ ਹਿੱਸਾ ਇੱਕ ਉਸਤ ਪ੍ਰੋਵੈਂਸ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਰਾਈਮੀਆ ਹੂੰ ਉਹ ਕਰਾਈਮੀਆ ਜਿਹੜਾ ਹੈ ਸਟ੍ਰੈਟਜੀਕਲੀ ਬਹੁਤ ਇੰਪੋਰਟੈਂਟ ਜਗ੍ਹਾ ਹੈ ਉਸ ਖਿੱਤੋਂ ਦੇ ਵਿੱਚੋਂ ਦੀ ਹੋ ਕੇ ਯੂਰਪ ਨੂੰ ਗੈਸ ਪਾਈਪਲਾਈਨ ਰਸ਼ੀਆ ਤੋਂ ਨਿਕਲ ਕੇ ਜਾਣ ਦੀਆਂ ਸੰਭਾਵਨਾਵਾਂ ਹਨ ਜਰਮਨੀ ਨੂੰ ਜਾਣੀ ਹੈ ਜਰਮਨੀ ਨੂੰ ਯਾ ਸਾਰੇ ਯੂਰਪ। ਹਮਮ। ਔਰ ਉਸੇ ਹੀ ਖਿੱਤੇ ਦੇ ਵਿੱਚ ਜਿਹੜੀ ਮਿਲਟਰੀ ਦੀ ਜਿਹੜੀ ਪ੍ਰੈਜ਼ੈਂਸ ਕਿਸੇ ਹੋਰ ਕੰਟਰੀ ਦੀ ਹੋਵੇ ਤੇ ਰਸ਼ੀਆ ਨੂੰ ਉਹ ਗੱਲ ਬਿਲਕੁਲ ਨਹੀਂ ਪਉਂਦੀ। ਹਮਮ। ਜਦੋਂ ਮਾਸਕੋ ਦੇ ਵਿੱਚ ਵਿంటర్ 올림픽 ਹੋ ਰਹੀਆਂ ਸਨ ਤੇ ਇਹਨਾਂ ਮੁਲਕਾਂ ਵੱਲੋਂ ਜਾਂ ਯੂਕਰੇਨ ਵੱਲੋਂ ਇਹ ਕੋਸ਼ਿਸ਼ ਕਿਉਂਕਿ ਇਹ ਦੁਨੀਆ ਦੇ ਜਿਹੜੇ ਮਾਹਰ ਉਹ ਕਹਿੰਦੇ ਨੇ ਕਿ ਯੂਕਰੇਨ ਨੂੰ ਨੈਟੋ ਦੇ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਜਾ ਰਹੀ ਸੀ। ਕ੍ਰੈਮੀਆ ਦੇ ਵਿੱਚ ਕੁਝ ਇਦਾਂ ਦੀ ਡਿਪਲੋਇਮੈਂਟ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਰਸ਼ੀਆ ਨੇ 올림픽 ਖੇਲਾਂ ਦੇ ਖਤਮ ਹੋਣ ਤੋਂ ਤੀਜੇ ਦਿਨ ਬਾਅਦ ਉੱਥੇ ਅਟੈਕ ਕਰਕੇ ਤੇ ਕ੍ਰੈਮੀਆ ਜਿਹੜਾ ਸੀ ਉਹ ਇੱਕ ਇੰਡੀਪੈਂਡੈਂਟ ਸੂਬਾ ਬਣਦਾ ਸੀ ਅੱਜ ਕਿਹਾ ਜਾਂਦਾ ਹੈ ਇੰਡੀਪੈਂਡੈਂਟ ਹੈ ਲੇਕਿਨ ਉਹ ਇੱਕ ਜਿਵੇਂ ਅਸੀਂ ਕਹਿੰਦੇ ਕੈਨੇਡਾ ਕਨਫੈਡਰੇਸ਼ਨ ਹੈ ਤੇ ਉਹ ਰਸ਼ੀਅਨ ਜਿਹੜੀਆਂ ਬਾਕੀ ਸਟੇਟਾਂ ਆ ਉਹਨਾਂ ਦੇ ਨਾਲ ਇੱਕ ਉਹਨਾਂ ਦੇ ਉਹਨਾਂ ਵਰਗੀ ਇੱਕ ਵੱਖਰੀ ਸਟੇਟ ਹੈ ਜੀ ਸੋ ਇਹ ਇਹ ਕਨਫਲਿਕਟ ਨਾ ਮੰਨੀਏ ਪੁਰਾਣਾ ਹੈ ਮੈਂ ਤੁਹਾਨੂੰ ਹਿਸਟਰੀ ਇਹਦੀ ਇਸ ਕਰਕੇ ਦੱਸੀ ਹੈ ਹੁਣ ਜਿਹੜੀ ਸਿਚੁਏਸ਼ਨ ਹੈ ਜਿਹੜੇ G7 ਮੁਲਕਾਂ ਦੀ ਆਪਾਂ ਗੱਲ ਕੀਤੀ ਹੈ ਜਿਹਦੇ ਵਿੱਚ ਸਾਡਾ ਆਪਣਾ ਕੰਟਰੀ ਕੈਨੇਡਾ ਹੁੰਦਾ ਹੈ ਅਮਰੀਕਾ ਹੁੰਦਾ ਹੈ ਇੰਗਲੈਂਡ ਆਉਂਦਾ ਹੈ ਜਰਮਨੀ ਆਉਂਦਾ ਹੈ ਫਰਾਂਸ ਆਉਂਦਾ ਹੈ ਇਟਲੀ ਆਉਂਦਾ ਹੈ ਔਰ ਜਾਪਾਨ ਆਉਂਦਾ ਜੀ ਵੈਲਦੀ ਕੰਟਰੀ ਨੇ ਜਿਵੇਂ ਤੁਸੀਂ ਦੱਸਿਆ ਵੈਲਦੀ ਡੈਮੋਕ੍ਰੇਸੀਸ ਨੇ ਉਹਨਾਂ ਨੇ ਕਿਤਾਬ ਨਹੀਂ ਦਿੱਤੀ ਹੈ ਰਸ਼ੀਆ ਨੂੰ ਕਿਉਂਕਿ ਕਿਹਾ ਜਾਂਦਾ ਹੈ ਅਮਰੀਕਾ ਦੀ ਇੰਟੈਲੀਜੈਂਸ ਵੱਲੋਂ ਜੋ ਬਾਈਡਨ ਸਾਹਿਬ ਵੱਲੋਂ ਇਹ ਕਿਹਾ ਗਿਆ ਹੈ ਕਿ ਸ਼ਾਇਦ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਜਨਵਰੀ ਦੇ ਅਖੀਰ ਤੱਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰਸ਼ੀਆ ਜਿਹੜਾ ਹੈ ਉਹ ਯੂਕਰੇਨ ਤੇ ਅਟੈਕ ਕਰ ਸਕਦਾ ਹੈ ਜੀ ਉਹਨਾਂ ਨੇ ਕੁਝ ਸੈਟੇਲਾਈਟ ਪਿਕਚਰ ਸ਼ੇਅਰ ਕੀਤੀਆਂ ਨੇ ਔਰ ਉਹਨਾਂ ਨੇ ਇਹ ਵੀ ਦੱਸੀ ਹੈ ਕਿ ਤਕਰੀਬਨ ਪੌਣੇ 2 ਲੱਖ ਦੇ ਕਰੀਬ ਜਿਹੜੀ ਆਰਮੀ ਹੈ ਉਹ ਰਸ਼ੀਆ ਵੱਲੋਂ ਮੋਬਿਲਾਈਜ਼ ਕੀਤੀ ਗਈ ਹੈ ਯੂਕਰੇਨ ਦੇ ਬਾਰਡਰ ਦੇ ਨਾਲ ਸੋ ਇਹ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਇਸ ਖਬਰ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਜਿਹੜੇ G7 ਕੰਟਰੀ ਨੇ ਉਹਨਾਂ ਨੇ ਚੇਤਾਵਨੀ ਰਸ਼ੀਆ ਨੂੰ ਦਿੱਤੀ ਹੈ ਕਿ ਦੇਖਿਓ ਕਿਤੇ ਇਹ ਕੰਮ ਨਾ ਕਰ ਲਿਆਓ ਇਹਦੇ ਸਿੱਟੇ ਤੁਹਾਨੂੰ ਗੰਭੀਰ ਪੂਕਤ ਨੇ ਪੈ ਸਕਦੇ ਨੇ ਬਿਲਕੁਲ ਜੀ ਇਕਨੋਮਿਕ ਸੈਂਕਸ਼ਨਸ ਦੀ ਗੱਲ ਕੀਤੀ ਗਈ ਆ ਨਾਲ ਦੇ ਨਾਲ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਦੀ ਗੱਲ ਕੀਤੀ ਗਈ ਆ ਮੇਰਾ ਸਵਾਲ ਇਹ ਆ ਕਿ ਜਿਹੜੇ G7 ਕੰਟਰੀ ਆ ਹਾਂਜੀ ਨੋ ਡਾਊਟ ਅਸੀਂ ਕਹਿੰਦੇ ਆ ਵੀ ਇਹ ਡੈਮੋਕ੍ਰੇਸੀ ਦੇ ਰਖਵਾਲੇ ਨੇ ਦੁਨੀਆ ਭਰ ਦੇ ਵਿੱਚ ਇਹ ਮੇਕ ਸ਼ੋਰ ਕਰਦੇ ਆ ਵੀ ਕਿਤੇ ਕੋਈ ਲੜਾਈ ਝਗੜਾ ਨਾ ਹੋਵੇ ਹਾਲਾਂਕਿ ਆਪੇ ਕਰ ਲੈਣ ਤਾਂ ਵੱਖਰੀ ਗੱਲ ਆ ਹਾਂਜੀ ਤੇ ਮੇਰਾ ਸਵਾਲ ਇਹ ਆ ਕਿ ਇਹ ਯੂਕਰੇਨ ਦੇ ਹੱਕ ਦੇ ਵਿੱਚ ਖੜੇ ਹੋ ਰਹੇ ਨੇ ਉਹਦੇ ਪਿੱਛੇ ਇਹਨਾਂ ਦਾ ਕੀ ਇੰਟਰਸਟ ਹੋ ਸਕਦਾ ਦੇਖੋ ਗੱਲ ਇਹ ਹੈ ਅਗਰ ਅਸੀਂ ਰਸ਼ੀਆ ਦੇ ਪੱਖ ਦੀ ਗੱਲ ਕਰੀਏ ਜੀ ਰਸ਼ੀਆ ਦੇ ਉਹ ਦੋ ਗੱਲਾਂ ਕਹਿ ਰਹੇ ਨੇ ਪਹਿਲੀ ਗੱਲ ਉਹ ਇਸ ਗੱਲ ਨੂੰ ਡਿਨਾਈ ਕਰ ਰਹੇ ਨੇ ਕਿ ਅਸੀਂ ਇਦਾਂ ਦਾ ਕੋ ਸਾਡਾ ਮਨਸੂਬਾ ਹੈ ਅਟੈਕ ਕਰਨ ਦਾ ਲੇਕਿਨ ਉਹ ਕਹਿੰਦੇ ਨੇ ਕਿ ਦੋ ਗੱਲਾਂ ਨੇ ਪਹਿਲੀ ਗੱਲ ਇਹ ਹੈ ਇਹ ਗੱਲ ਜਿਹੜੇ ਮੈਂ ਮੈਂ ਤੁਹਾਨੂੰ ਇਸ ਤੋਂ ਪਹਿਲਾਂ 2014 ਦਾ ਕਨਫਲਿਕਟ ਦੱਸਿਆ ਉਹਦੇ ਵਿੱਚ ਵੀ ਉਹਨਾਂ ਦੀ ਇਹ ਗੱਲ ਸੀ ਕਿ ਅਗਰ ਯੂਕਰੇਨ ਨੈਟੋ ਦੇ ਵਿੱਚ ਸ਼ਾਮਲ ਹੁੰਦਾ ਹੈ ਅਗਰ ਨੈਟੋ ਆਪਣੇ ਪੈਰ ਪਸਾਰ ਕੇ ਯੂਕਰੇਨ ਦੇ ਵਿੱਚ ਆ ਕੇ ਬੈਠਦਾ ਹੈ ਤੇ ਉਹ ਕਹਿੰਦੇ ਪੇ ਸਾਨੂੰ ਇੱਕ ਤਾਈ ਐਸੈਪਟੇਬਲ ਨਹੀਂ ਅਸੀਂ ਕੁਝ ਵੀ ਕਰ ਸਕਦੇ ਹਾਂ ਬਿਲਕੁਲ ਸੋ ਹੁਣ ਵੀ ਉਹਨਾਂ ਦੀ ਜਿਹੜੀ ਇੱਕ ਪਹਿਲੀ ਗੱਲ ਹੈ ਉਹ ਕਹਿੰਦੇ ਕਿ ਸਾਨੂੰ ਖਦਸ਼ਾ ਹੈ ਕਿ ਜਿਹੜਾ ਯੂਕਰੇਨ ਹੈ ਉਹ ਨੈਟੋ ਦੇ ਪ੍ਰਭਾਵ ਥਲੇ ਆ ਕੇ ਇੱਥੇ ਨੈਟੋ ਦੀਆਂ ਫੋਰਸਸ ਜਿਹਦੇ ਵਿੱਚ ਅਸੀਂ ਜਾਣਦੇ ਹਾਂ ਕਿ ਜਿਹੜੇ ਵੀ ਜਿਹਦੇ ਅਸੀਂ ਸੱਚ ਦੀ ਗੱਲ ਕੀਤੀ ਹੈ ਇਹ ਨੈਟੋ ਦੇ ਮੁਢਲੇ ਮੈਂਬਰ ਨੇ ਇਸ ਤੋਂ ਬਿਨਾ 32 ਹੋਰ ਦੇਸ਼ ਨੇ ਜੀ ਉਹ ਇੱਕ ਵੱਡਾ ਸੰਘੂ ਹੈ ਮਲਕਾਂ ਦਾ ਲੇਕਨ ਉਹ ਫਿਰ ਇੱਕ ਉਹ ਕਿਸਮ ਦਾ ਮਿਲਟਰੀ ਜਿਹੜਾ ਮਿਲਟਰੀ ਪਰਪਸਸ ਲਈ ਗਠਬੰਧਨ ਹੈ ਪੂਰੀ ਦੁਨੀਆ ਦਾ ਨੈਟੋ ਕੰਟਰੀ ਹੈ সো ਮੇਨ ਮਕਸਦ ਜਿਹੜਾ ਰਸ਼ੀਆ ਦਾ ਜਿਹੜਾ ਵੱਡਾ ਰੈਡ ਫਲੈਗ ਹੈ ਉਹ ਕਹਿੰਦੇ ਨੇ ਕਿ ਤੁਸੀਂ ਨੈਟੋ ਨੂੰ ਤੁਸੀਂ ਅਵੋਇਡ ਕਰੋ ਦੂਜੀ ਗੱਲ ਫਿਰ ਹੈ ਜੀ ਕਿ ਬਿਜ਼ਨਸ ਵਪਾਰ ਤੁਸੀਂ ਗੱਲ ਜਿਵੇਂ ਆਪਾਂ ਪਹਿਲਾਂ ਕੀਤੀ ਸੀ ਕਿ ਗੈਸ ਜਿਹੜੀ ਹੈ ਰਸ਼ੀਆ ਦੇ ਵਿੱਚ ਗੈਸ ਦੇ ਅਥਾਹ ਭੰਡਾਰ ਨੇ ਜਰਮਨ ਨੂੰ ਪਾਈਪਲਾਈਨ ਬਣ ਰਹੀ ਹੈ ਤੋਂ ਅਗਰ ਜਿਹੜੇ ਇਹ ਕੰਟਰੀ ਨੇ ਇਹ ਸਿਰਫ ਰਸ਼ੀਆ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੁੰਦੇ ਨੇ ਕਿਉਂਕਿ ਸਿਰਫ ਇਹੀ ਗੱਲਾਂ ਨਹੀਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਇਕਨੋਮਿਕਲੀ ਕਿਉਂਕਿ ਉਹਨਾਂ ਨੇ ਬਹੁਤ ਸਾਰਾ ਤੇਲ ਸੇਲ ਕਰਨਾ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਇੰਡੀਆ ਬਹੁਤ ਸਾਰਾ ਤੇਲ ਖਰੀਦਦਾ ਹੈ ਰਸ਼ੀਆ ਦੇ ਨਾਲ ਬਹੁਤ ক্লোਜ਼ ਟਾਈਜ਼ ਰਹੀਆਂ ਨੇ ਲੇਕਿਨ ਇੰਡੀਆ ਰਸ਼ੀਆ ਤੋਂ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਤੇਲ ਖਰੀਦਦਾ ਹੈ ਅੱਜ ਤੋਂ 2 ਸਾਲ ਪਹਿਲਾਂ ਖਰੀਦਦਾ ਸੀ ਟਰੰਪ ਸਾਹਿਬ ਨੇ ਦਬਕਾ ਮਾਰਿਆ ਤੇ ਬਹੁਤ ਘੱਟ ਮਾਤਰਾ ਦੇ ਵਿੱਚ ਸ਼ਾਇਦ ਖਰੀਦਦਾ ਸ਼ਾਇਦ ਨਾ ਵੀ ਖਰੀਦਦਾ ਹੋਵੇ ਸੋ ਇਹ ਜਿਹੜੀ ਟੋਟਲ ਜਿਹੜੀ ਪੋਲਿਟਿਕਸ ਹੈ ਇਸ ਦੇ ਸੂਤਰਤਾਰ ਤੇ ਆਪਣੇ ਸਾਡੇ ਜਿਹੜੇ ਸਾਊਥ ਵਾਲੇ ਪਾਸੇ ਸਾਡੇ ਗੁਆਂਡੀ ਉਹ ਨੇ ਤੇ ਨਾਲ ਫਿਰ ਗ੍ਰੇਟ ਬ੍ਰਿਟਨ ਹੈ ਤੇ ਲੇਕਨ ਇੱਕ ਅਲਾਈਅੰਸ ਹੈ ਜੀ ਹਾਂਜੀ ਸੋ ਸਿੱਧਾ ਡਾਇਰੈਕਟ ਮੋਟਿਵ ਨਹੀਂ ਹੈ ਲੇਕਨ ਜਿਹੜੇ ਸਟ੍ਰੈਟੈਜਿਕ ਨੇ ਮਿਲਟਰੀ ਦੇ ਕਾਰਨ ਨੇ ਔਰ ਫਿਰ ਇਕਨੋਮਿਕ ਕਾਰਨ ਜੀ ਤੇ 2022 ਦੇ ਵਿੱਚ ਜੀ ਵਿంటర్ 올림픽ਸ ਹੋਣੀਆਂ ਨੇ ਬੀਜਿੰਗ ਚਾਈਨਾ ਦੇ ਵਿੱਚ ਹਾਂਜੀ ਉਸ ਨੂੰ ਲੈ ਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਿਸਟਰ ਜਸਟਨ ਟ੍ਰੂਡੋ ਉਹਨਾਂ ਦਾ ਬਿਆਨ ਆਇਆ ਵਾ ਕਿ ਭਾਈ ਜਿਵੇਂ ਅਮਰੀਕਾ ਨੇ ਯੂਕੇ ਨੇ ਤੇ ਜਰਮਨੀ ਨੇ ਆਫੀਸ਼ੀਅਲ ਬਾਇਕਾਟ ਕੀਤਾ ਵਾ ਇਸੇ ਤਰ੍ਹਾਂ ਸਾਡਾ ਵੀ ਆਫੀਸ਼ੀਅਲ ਬਾਇਕਾਟ ਹੋਏਗਾ ਸੋ ਇਹਦੇ ਕੀ ਮਾਇਨੇ ਕੀ ਆ ਔਰ ਇਹਦੇ ਜਿਹੜੇ ਇੰਟਰਨੈਸ਼ਨਲ ਰਿਲੇਸ਼ਨਸ ਨੇ ਇਹਦੇ ਉੱਪਰ ਕੀ ਇਹਦੀ ਇਮਪਲੀਕੇਸ਼ਨ ਹੋ ਸਕਦੀਆਂ ਨੇ ਦੇਖੋ ਜੀ ਇਸ ਦੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਜਿਹੜੀ ਹੈ ਖਬਰ ਉਸ ਦੀ ਜਾਣਕਾਰੀ ਦੇ ਦਿੰਨਾ ਜੀ ਪਿਛਲੇ ਹਫਤੇ ਜੋ ਬਾਡਨ ਸਾਹਿਬ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਸੀ ਕੁਝ ਮੁਲਕਾਂ ਦੇ ਜਿਹੜੇ ਪ੍ਰਤੀਨਿਧ ਉਹਨਾਂ ਦੇ ਨਾਲ ਜੀ ਜਿਸ ਮੀਟਿੰਗ ਦੇ ਵਿੱਚ ਉਹਨਾਂ ਨੇ ਏਸ਼ੀਆ ਖਿੱਤੇ ਦੇ ਵਿੱਚੋਂ ਬੰਗਲਾਦੇਸ਼ ਨੂੰ ਨਿਯੰਦਾ ਭੇਜਿਆ ਸੀ ਹਮ ਪਾਕਿਸਤਾਨ ਨੂੰ ਭੇਜਿਆ ਸੀ ਨੇਪਾਲ ਨੂੰ ਭੇਜਿਆ ਸੀ ਤੇ ਇੰਡੀਆ ਨੂੰ ਭੇਜਿਆ ਸੀ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਨਿਯੰਦਾ ਭੇਜਿਆ ਸੀ ਤਾਈਵਾਨ ਨੂੰ ਹਮ ਨਾਰਸ਼ਿਆ ਨੂੰ ਭੇਜਿਆ ਨਾ ਚਾਈਨਾ ਨੂੰ ਭੇਜਿਆ ਉਹਦੇ ਵਿੱਚ ਇਹ ਹੋਈ ਇੱਕ ਔਰ ਉਹਦੇ ਵਿੱਚ ਇੱਕ ਹੋਰ ਖਾਸ ਗੱਲ ਇਹ ਤਾਂ ਇਸ ਕੰਟੈਕਸਟ ਦੇ ਵਿੱਚ ਸ਼ਾਇਦ ਕੋ मीनिंग ਨਾ ਹੋਵੇ ਅੱਜ ਤੱਕ ਅਮਰੀਕਾ ਤੇ ਪਾਕਿਸਤਾਨ ਦਾਲਾ ਇਸ ਬੜਾ ਗੂੜਾ ਰਿਹਾ ਹੈ ਲੇਕਿਨ ਪਹਿਲੀ ਵਾਰ ਇਹ ਹੋਇਆ ਹਿਸਟਰੀ ਦੇ ਵਿੱਚ ਕਿ ਪਾਕਿਸਤਾਨ ਨੇ ਇਹ ਕਹਿ ਕੇ ਉਸ ਨਿਯੋੰਦੇ ਨੂੰ ਕਬੂਲ ਨਹੀਂ ਕੀਤਾ ਕਿ ਅਗਰ ਤੁਸੀਂ ਚਾਈਨਾ ਨੂੰ ਨਹੀਂ ਸਾਧ ਰਹੇ ਤੇ ਫਿਰ ਮੈਂ ਵੀ ਨਹੀਂ ਜਾਣਾ ਮੈਂ ਤਾਂ ਹੁਣ ਜਿਹੜਾ ਸਵਾਲ ਤੁਹਾਡਾ ਸੀ ਉੱਥੇ ਵਾਪਸ ਆਉਂਦੇ ਹੋਇਆ ਇਹਦੀ ਬੈਕਗ੍ਰਾਉਂਡ ਇਸ ਕਰਕੇ ਦੱਸੀ ਹੈ ਹਮ ਕਿ ਜਿਸ ਤਰ੍ਹਾਂ ਯੂਕਰੇਨ ਦੇ ਨਾਲ ਰਸ਼ੀਆ ਦਾ ਕਨਫਲਿਕਟ ਜਿਹੜਾ ਉਸ ਨੂੰ ਉਭਾਰਿਆ ਜਾ ਰਿਹਾ ਹੈ ਉਸੇ ਤਰ੍ਹਾਂ ਰਸ਼ੀਆ ਆਪਣੇ ਚਾਈਨਾ ਜਿਹੜਾ ਹੈ ਚਾਈਨਾ ਦੀ ਗੱਲਬਾਤ ਇਹ ਕੀਤੀ ਜਾਂਦੀ ਹੈ ਕਿ ਚਾਈਨਾ ਸ਼ਾਇਦ ਤਾਈਵਾਨ ਨੂੰ ਜਿਹੜਾ ਆਪਣੇ ਕੰਟਰੋਲ ਦੇ ਵਿੱਚ ਕਰੇ ਗੱਲ ਭਾਵੇਂ ਹੁਣ ਜਿਹੜਾ ਬਾਇਕਾਟ ਕੀਤਾ ਹੈ ਜਿਹੜਾ ਆਪਣੇ ਜਿਵੇਂ ਤੁਸੀਂ ਆਪਣੇ ਰਸ਼ੀਆ ਵਾਲੇ ਆਸਟ੍ਰੇਲੀਆ ਵਾਲੇ ਜਰਮਨੀ ਵਾਲੇ ਇੰਗਲੈਂਡ ਵਾਲੇ ਡਿਪਲੋਮੈਟਿਕ ਬਾਇਕਾਟ ਕਰ ਚੁੱਕੇ ਨੇ ਕੈਨੇਡਾ ਨੇ ਵੀ ਕਰ ਦਿੱਤਾ ਹੈ ਲੇਕਿਨ ਕਿਹਾ ਜਾ ਰਿਹਾ ਕਿ ਜਿਹੜੀ ਜਿਹੜੀ ਚਾਈਨਾ ਦੀਆਂ ਹਿਊਮਨ ਰਾਈਟਸ ਦੀਆਂ ਜਿਹੜੀਆਂ ਉੱਥੇ ਘਟਨਾਵਾਂ ਹੁੰਦੀਆਂ ਨੇ ਜਿਹੜਾ ਉਹਨਾਂ ਦਾ ਹਿਊਮਨ ਰਾਈਟਸ ਦਾ ਰਿਕਾਰਡ ਹੈ ਉਹ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡਾ ਇੱਕ ਪ੍ਰੋਟੈਸਟ ਹੈ ਔਰ ਚਾਈਨਾ ਨੇ ਇਹ ਸਾਰੀ ਜਿਹੜੀ ਜੋ ਇਹ ਘਟਨਾ ਕਰਮ ਹੈ ਉਹਨਾਂ ਨੇ ਇਹ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਤੇ ਨਾਲ ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀ ਉਹ ਵਾਕਈ ਥੋੜੀ ਇਹ ਸੀ ਉਹਨਾਂ ਦੇ ਲਫ਼ਜ਼ ਇਹ ਸਨ ਕਿ ਇਹਦੇ ਗੰਭੀਰ ਸਿੱਟੇ ਨਿਕਲਣਗੇ ਸੋ ਇਹ ਵੈਸੇ ਜਿਹੜੇ ਦੋਨੇ ਕਨਫਲਿਕਟ ਇਹਨਾਂ ਜੀ ਇੱਕ ਪਾਸੇ ਰਸ਼ੀਆ ਇੱਕ ਪਾਸੇ ਚਾਈਨਾ ਇਹ ਮੈਨੂੰ ਨਹੀਂ ਯਾਦਦਾ ਕਿ ਬਹੁਤ ਨੀਅਰ ਫਿਊਚਰ ਦੇ ਵਿੱਚ ਕੁਝ ਹੋਵੇ ਲੇਕਿਨ ਅਗਰ ਇਹ ਮਿਸਹੈਂਡਲ ਹੋਏ ਜੀ ਅਗਰ ਕਿਸੇ ਸਹੀ ਤਰੀਕੇ ਦੇ ਨਾਲ ਨਾ ਨਿਜੇਠੇ ਗਏ ਤੇ ਸ਼ਾਇਦ ਜਦੋਂ ਕਈ ਵਾਰੀ ਲੋਕੀ ਕਹਿੰਦੇ ਨੇ ਕਿ ਕੀ ਵਰਲਡ ਵਾਰ ਦੁਬਾਰਾ ਲੱਗਣ ਦੇ ਚਾਂਸ ਹੋ ਸਕਦੇ ਨੇ ਇਹ ਦੋ ਐਸੇ ਇਵੈਂਟ ਨੇ ਜਿਹੜੇ ਇਸ ਤਰ੍ਹਾਂ ਸਨੋ ਬਾਲ ਹੋ ਸਕਦੇ ਨੇ ਮੈਂ ਕਹਿੰਦਾ ਜੇ ਵਰਲਡ ਵਾਰ ਨਾ ਵੀ ਹੋਏ ਤੇ ਕੋਲਡ ਵਾਰ ਤਾਂ ਹੈ ਹੀ ਆ ਫਿਰ ਨਹੀਂ ਉਹ ਤਾਂ ਚੱਲ ਹੀ ਰਹੀ ਹੈ ਉਹ ਤਾਂ ਚੱਲਦੀ ਰਹੀ ਹੈ ਉਹ ਤਾਂ ਚੱਲ ਹੀ ਰਹੀ ਹੈ ਲੇਕਿਨ ਇਹ ਜਿਹੜੇ ਵਿਸ਼ੇ ਨੇ ਇਹ ਗੰਭੀਰ ਵਿਸ਼ੇ ਨੇ ਕਿਉਂਕਿ ਚਾਈਨਾ ਨੂੰ ਅਗਰ ਜਿਹੜੇ ਕਿਉਂਕਿ ਪਿਛਲੇ 5-7 ਸਾਲ ਤੋਂ ਜਿਸ ਤਰ੍ਹਾਂ ਚਾਈਨਾ ਐਕਸਪੈਂਡ ਕਰ ਰਿਹਾ ਹੈ ਜਿਸ ਤਰ੍ਹਾਂ ਉਸ ਦੀ ਪਾਵਰ ਦੇ ਵਿੱਚ ਵਾਧਾ ਹੋਇਆ ਹੈ ਇਹ ਬੜਾ ਵੈਸਟਰਨ ਜਿਹੜਾ ਵਰਲਡ ਹੈ ਉਹਨਾਂ ਲਈ ਬੜਾ ਚਿੰਤਾ ਦਾ ਵਿਸ਼ਾ ਬਿਲਕੁਲ ਜੀ ਸੁਪਰ ਪਾਵਰ ਬਣ ਕੇ ਸਾਹਮਣੇ ਆ ਰਿਹਾ ਵਾ ਔਰ ਵਰਲਡ ਦੀ ਫਾਸਟੈਸਟ ਇਕਨੋਮੀ ਐਸ ਵਲੀ ਚਾਈਨਾ ਬੜੀ ਹੋਈ ਆ ਸਪੈਸ਼ਲੀ ਆਫਟਰ ਦਿਸ ਕੋਵਿਡ ਹਾਂਜੀ ਹਾਂਜੀ ਤੇ ਹੁਣ ਗੱਲਬਾਤ ਕਰ ਲੈਣੇ ਆ ਜੀ ਕਿ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੇ ਹਾਂਜੀ ਨਵੇਂ-ਨਵੇਂ ਬਣੇ ਨੇ ਅਨੀਤਾ ਆਨੰਦ ਹੋਣੀ ਭਾਰਤੀ ਮੂਲ ਦੇ ਨੇ ਹਾਂਜੀ ਤੇ ਉਹਨਾਂ ਨੇ ਇੱਕ ਮਾਫੀ ਨਾਮਾ ਜਿਹੜਾ ਵਾ ਉਹ ਅੱਜ ਕੀਤਾ ਹੈਗਾ ਇਹ ਮਾਫੀਨਾਮਾ ਕਿਸ ਸੰਬੰਧ ਵਿੱਚ ਕੀਤਾ ਗਿਆ ਔਰ ਇਹਦੇ ਵੀ ਕੀ ਇੰਪਲੀਕੇਸ਼ਨਸ ਕੀ ਮਾਇਨੇ ਹੋਣਗੇ ਦੇਖੋ ਜੀ ਕੈਨੇਡਾ ਮੁਲਕ ਜਿਹੜਾ ਇਹ ਜਿੱਥੇ ਅਸੀਂ ਕਹਿੰਨੇ ਕਿ ਡੈਮੋਕ੍ਰੇਸੀ ਦਾ ਆਪਣੇ ਝੰਡਾ ਬਰਦਾਸ਼ ਹੈ ਜੀ ਉੱਥੇ ਜਿਹੜੀਆਂ ਹਿਊਮਨ ਜਿਹੜੀਆਂ ਹਿਊਮਨ ਵੈਲਿਊਜ਼ ਨੇ ਜਾਂ ਜਿਹੜੇ iracial differences ਨੇ ਜਾਂ racial discriminations ਨੇ ਜਾਂ different ਜਿਹੜੇ sexes ਨੇ ਉਹਨਾਂ ਦੇ ਉਹਨਾਂ ਦੇ discriminations ਨੇ ਉਹਦੇ ਵਿੱਚ ਵੀ ਕੈਨੇਡਾ ਦਾ ਰਿਕਾਰਡ ਕਾਫੀ ਚੰਗਾ ਹੈ ਜੀ ਲੇਕਿਨ ਪਿਛਲੇ ਕੁਝ ਸਮੇਂ ਤੋਂ ਕੈਨੇਡੀਅਨ ডিফেন্স ਫੋਰਸਸ ਦੇ ਵਿੱਚ ਖਾਸ ਕਰਕੇ ਜਿਹੜਾ ਫੀਮੇਲਸ ਦੇ ਨਾਲ ਔਰਤਾਂ ਦੇ ਨਾਲ ਵਰਤਾਰੇ ਕੀਤੇ ਗਏ ਜਾਂ ਉਹ ਉਹਨਾਂ ਨੂੰ ਜਿਸ ਤਰ੍ਹਾਂ ਟਰੀਟ ਕੀਤਾ ਗਿਆ ਔਰ ਜਿਸ ਤਰ੍ਹਾਂ ਉਹਨਾਂ ਕਟਰਾਮਾਂ ਨੂੰ ਦਵਾਇਆ ਗਿਆ ਬਹੁਤ ਸਾਰੀ ਜਿਹੜੀ ਹੈ ਇਹ ਇਹਨਾਂ ਦੀ ਵਿਖੇਦੀ ਕੀਤੀ ਗਈ ਦੁਨੀਆ ਭਰ ਦੇ ਵਿੱਚ ਔਰ ਮੈਂ ਇਹ ਕਮਾ ਕੇ ਕੈਨੇਡਾ ਨੂੰ ਕਾਫੀ ਸਾਰੀ ਜਿਹੜੀ ਹੈ ਨਮੋਸ਼ੀ ਦਾ ਬੀ ਸਮਝ ਨਾ ਸਕਦਾ ਔਰ ਔਰ ਇਹ ਵੀ ਮੈਂ ਦੱਸਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਭਾਰਤੀ ਮੂਲ ਦੇ ਅਨੀਤਾ ਨੰਦ ਨੇ ਇਸ ਤੋਂ ਪਹਿਲਾਂ ਵੀ ਭਾਰਤੀ ਮੂਲ ਦੇ ਆਪਣੇ ਹਜੀ ਸਿੰਘ ਸੱਜਣ ਸਨ ਔਰ ਇੱਕ ਵੱਡਾ ਕਾਰਨ ਉਹਨਾਂ ਦਾ ਕਿ ਜਿਸ ਕਰਕੇ ਉਹਨਾਂ ਦਾ ਅਹੁਦਾ ਖੁੱਸਿਆ ਇਹ ਹੀ ਸੀ ਕਿ ਉਹ ਵੀ ਇਹ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਨਹੀਂ ਸੰਭਲ ਸਕੇ ਹੁਣ ਤੱਕ ਕੈਨੇਡੀਅਨ ਫੋਰਸਸ ਦੇ ਤਕਰੀਬਨ 11 ਵੱਡੇ ਅਫਸਰ ਜਿਹੜੇ ਨੇ ਉਹ ਜਾਂ ਤਾਂ ਆਪਣੀ ਨੌਕਰੀ ਤੋਂ ਜਬਰੀ ਰਿਟਾਇਰ ਕੀਤੇ ਗਏ ਨੇ ਕਈਆਂ ਦੇ ਖਿਲਾਫ ਕੇਸ ਚੱਲ ਰਹੇ ਨੇ ਸੋ ਇਹ ਬੇਸਿਕਲੀ ਮੋਸਟਲੀ ਸੈਕਸ਼ੂਅਲ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹਦਾ ਕੇਸ ਹੈ ਲੇਕਿਨ ਕੱਲਾ ਸੈਕਸ਼ੂਅਲ ਡਿਸਕ੍ਰਿਮੀਨੇਸ਼ਨ ਨਹੀਂ ਇਹਦੇ ਵਿੱਚ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਵੀ ਹੈ ਇਹਦੇ ਵਿੱਚ ਜਿਹੜੇ ਐਲਜੀਬੀਟੀਕਿਊ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਦੀ ਗੱਲ ਹੈ ਲੇਕਿਨ ਉਸੇ ਕਰਕੇ ਅਨੀਤਾ ਅਨੰਦ ਹੁਣਾਂ ਨੇ ਇਹ ਕੈਨੇਡੀਅਨ ਸਮੁੱਚੀ ਕੈਨੇਡੀਅਨ ਸਰਕਾਰ ਦੀ ਤਰਫੋਂ ਮਾਫੀ ਮੰਗੀ ਹੈ ਔਰ ਉਹਨਾਂ ਨੇ ਇੱਕ ਇਹਨੂੰ ਇੱਕ ਅਸੀਂ ਵਰਡ ਕਰਦੇ ਅਨਇਕਿਊਬਿਕਲ ਕਿ ਬਿਨਾ ਸ਼ਰਤ ਔਰ ਬਿਲਕੁਲ ਜਿੰਮੇ ਸੀ ਕਹਿੰਦੇ ਕਿ ਪੂਰੀ ਨਿਸ਼ਠਾ ਦੇ ਨਾਲ ਮਾਫੀ ਮੰਗੀ ਹੈ ਕਿ ਸਾਡੇ ਕੋਲ ਕੋਈ ਬਹਾਨਾ ਨਹੀਂ ਅਸੀਂ ਇਹ ਸਿਚੁਏਸ਼ਨ ਨੂੰ ਸਹੀ ਤਰੀਕੇ ਨਾਲ ਨਹੀਂ ਸਾਂਭ ਸਕੇ ਤੇ ਅਸੀਂ ਮਾਫੀ ਚਾਹੁੰਦੇ ਹਾਂ ਸੋ ਇਹ ਜਿਹੜਾ ਮੈਂ ਸਮਝਦਾ ਕਿ ਇੱਕ ਲੈਂਡਮਾਰਕ ਗੱਲ ਹੈ ਔਰ ਇਹ ਜ਼ਰੂਰੀ ਸੀ ਬਿਲਕੁਲ ਜੀ ਸੈਕਸ਼ੂਅਲ ਹਰਾਸਮੈਂਟ ਦੀ ਗੱਲਬਾਤ ਕੀਤੀ ਗਈ ਹੈ ਸੈਕਸ਼ੂਅਲ ਅਸੌਲਟ ਦੀ ਗੱਲ ਕੀਤੀ ਗਈ ਹੈ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਡਿਸਕ੍ਰਿਮੀਨੇਸ਼ਨ ਉਹ ਵੀ ਇੱਕ ਵੱਡਾ ਮੁੱਦਾ ਸੀਗਾ ਔਰ ਸਭ ਤੋਂ ਜਿਹੜੀ ਹੈਰਾਨੀ ਵਾਲੀ ਗੱਲ ਇਹ ਹੈ ਮੈਂ ਕਿਤੇ ਕੋਰਟ ਕੀਤੀ ਪੜੀ ਹੈ ਉਦੇ ਵਿੱਚ ਲਿਖਿਆ ਵੀ ਜਿਹੜੇ ਲੋਕਾਂ ਦੇ ਸਿਰ ਦੇ ਉੱਪਰ ਕੈਨੇਡਾ ਦੀ ਪ੍ਰੋਟੈਕਸ਼ਨ ਕਰਨ ਦੀ ਜ਼ਿੰਮੇਵਾਰੀ ਸੀ ਹਾਂਜੀ ਉਹਨਾਂ ਦੀ ਆਪਣੀ ਪ੍ਰੋਟੈਕਸ਼ਨ ਨਹੀਂ ਹੋ ਪਾਈ ਬਿਲਕੁਲ ਸੋ ਇਹ ਇੱਕ ਵੱਡਾ ਸਵਾਲੀਆ ਨਿਸ਼ਾਨ ਸੀਗਾ ਬਿਲਕੁਲ ਤੇ ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਕਰੂੰਗਾ ਇਸੇ ਟੌਪਿਕ ਦੇ ਉੱਪਰ ਭਈ ਮਾਫੀ ਮੰਗ ਲੈਣੀ ਕੀ ਸਮੱਸਿਆ ਦਾ ਸਮਾਧਾਨ ਹੋ ਜਾਏਗਾ ਅਕਾਉਂਟੇਬਿਲਟੀ ਰਿਸਪੌਂਸਿਬਿਲਟੀ ਜਿਹੜੀ ਆ ਜਵਾਬਦੇਹੀ ਇਸ ਨੂੰ ਕਿਵੇਂ ਮੇਕ ਸ਼ੁਰ ਕੀਤਾ ਜਾਵੇ ਦੇਖੋ ਇੱਕ ਗੱਲ ਠੀਕ ਹੈ ਤੁਹਾਡੀ ਕਿ ਇਹ ਇਹ ਦੋ ਵੱਖਰੇ ਵਿਸ਼ੇ ਨੇ ਜਿਹੜੀ ਜਿੱਥੇ ਤੱਕ ਤਾਂ ਮਾਫੀ ਮੰਗਣ ਦੀ ਗੱਲ ਹੈ ਇਹ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਮਾਫੀ ਮੰਗਣ ਦੇ ਵੀ ਦੋ ਤਰੀਕੇ ਨੇ ਇੱਕ ਤਰੀਕਾ ਤੇ ਜਿਵੇਂ મોદી ਸਾਹਿਬ ਨੇ ਕਿਹਾ ਕਿ ਸਾਨੂੰ ਕਾਨੂੰਨ ਤਾਂ ਸਾਨੂੰ ਚੰਗੇ ਲੱਗਦੇ ਸੀਗੇ ਪਰ ਅਸੀਂ ਕਈਆਂ ਨੂੰ ਸਮਝਾ ਨਹੀਂ ਸਕੇ ਉਹ ਨਹੀਂ ਇਹ ਨਹੀਂ ਗੱਲ ਉਹਨੇ ਮਾਫੀ ਇਸ ਕਰਕੇ ਮੰਗੀ ਵੀ ਹੀ ਸਮਝਾ ਨਹੀਂ ਸਕੇ ਐਸੀ ਸਮਝਾ ਨਹੀਂ ਸਕੇ ਲੇਕਿਨ ਅਜੇ ਤੱਕ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਗਲਤੀ ਹੋ ਗਈ ਹੈ ਇਹ ਨਹੀਂ ਕਿਹਾ ਉਹਨਾਂ ਨੇ ਲੇਕਿਨ ਇਸ ਮਾਮਲੇ ਦੇ ਵਿੱਚ ਜਿਹੜੇ ਆਪਣੇ ਕੈਨੇਡੀਅਨ ਡਿਫੈਂਸ ਮਿਨਿਸਟਰ ਨੇ ਉਹਨਾਂ ਬੜਾ ਬੜਾ ਕਲੀਅਰਲੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਨੂੰ ਸਹੀ ਤਰੀਕੇ ਦੇ ਨਾਲ ਨਜਿੱਠਣਾ ਸੀ ਜਿਨ੍ਹਾਂ ਨੇ ਐਕਸ਼ਨ ਲੈਣੀ ਕਿਉਂਕਿ ਜਿਵੇਂ ਪਤਾ ਹੈ ਕਿ 11 ਵਿਅਕਤੀ ਨੇ ਜਿਹੜੇ ਇਸ ਸੰਬੰਧ ਦੇ ਵਿੱਚ ਉਹਨਾਂ ਸਾਰਿਆਂ ਨੇ ਕੋਈ ਅਸੌਲਟ ਨਹੀਂ ਕੀਤੀ ਉਹਨਾਂ ਵਿੱਚ ਕੁਝ ਅਜਿਹੇ ਵਿਅਕਤੀ ਨੇ ਔਰ ਮੈਂ ਅਗਰ ਗਲਤ ਨਹੀਂ ਤੇ ਬਹੁਤ ਗਿਣਤੀ ਉਹਨਾਂ ਵਿਅਕਤੀਆਂ ਦੀ ਹੈ ਜਿਨ੍ਹਾਂ ਤੇ ਇਲਜ਼ਾਮ ਇਹ ਹੈ ਕਿ ਤੁਹਾਡੀਆਂ ਅੱਖਾਂ ਦੇ ਥੱਲੇ ਹੋਇਆ ਤੇ ਤੁਸੀਂ ਐਕਟ ਕਿਉਂ ਨਹੀਂ ਕੀਤਾ ਤੁਸੀਂ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਸ ਤਰ੍ਹਾਂ ਇਸ ਸਮੱਸਿਆ ਨੂੰ ਨਜਿੱਠਣ ਦਾ ਇੰਤਜ਼ਾਮ ਕੀਤਾ ਗਿਆ ਹੈ ਇਸ ਦੇ ਸੱਟੇ ਜਿਹੜੇ ਨੇ ਅੱਗੇ ਤੋਂ ਜਿਹੜੀ ਹਾਲਾਤ ਹੈ ਆਪਣੇ ਫੋਰਸਸ ਵਿੱਚ ਉਹ ਬੈਟਰ ਹੋਣ ਜੀ ਤੇ ਭਾਜੀ ਮੁੱਦੇ ਕੁਝ ਹੋਰ ਵੀ ਨੇ ਪਰ ਸਮਾਂ ਜਿਹੜਾ ਬ੍ਰੇਕ ਦਾ ਹੋ ਚੁੱਕਿਆ ਇੱਕ ਬ੍ਰੇਕ ਲੈ ਲੈਂਦੇ ਜੀ ਬਿਨਾਂ ਸ਼ੇਅ ਤੁਸੀਂ ਕਿਤੇ ਨਾ ਜਾਣਾ ਜੀ ਦੇਖਦੇ ਰਹਿਣਾ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਜਲਦ ਹਾਜ਼ਰ ਹੋਣੇ ਆ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਦੇ ਵਿੱਚ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਸਰਦਾਰ ਗੁਰਿੰਦਰ ਸਿੰਘ ਹੀਰ ਜੀ ਦੇ ਨਾਲ ਪਾਜੀ ਮੋੜ ਸਵਾਗਤ ਹੈ ਤੇ ਹੁਣ ਜਿਹੜੀ ਗੱਲਬਾਤ ਆ ਆਪਾਂ ਅਗਲਾ ਟੌਪਿਕ ਕਾਫੀ ਅਹਿਮ ਆ ਟੌਪਿਕ ਹੈਗਾ ਬਾਜੀ ਕਿ ਡਾਇਰੈਕਟ ਚੌਵਨ ਜਿਹੜਾ ਕਾਂਸਟੇਬਲ ਸੀਗੇ ਹਾਂਜੀ ਅਮਰੀਕਾ ਦੇ ਔਰ ਐਪੀਸੋਡ ਸਾਡੇ ਦਰਸ਼ਕਾਂ ਨੂੰ ਯਾਦ ਹੋਊਗਾ ਮਈ 25 2020 ਦੀ ਗੱਲ ਆ ਅੱਛਾ ਜੀ ਜਦੋਂ ਇੱਕ ਕਾਲੇ ਭਾਈਚਾਰੇ ਕਹਿੰਦੇ ਨੇ ਆਪਾਂ ਹਾਂਜੀ ਬਲੈਕ ਹਾਂਜੀ ਉਹਦਾ ਇੱਕ ਨੌਜਵਾਨ ਸੀਗਾ ਜਿਸ ਦਾ ਨਾਮ ਸੀਗਾ ਜੀ ਜਾਰਜ ਫਲੌਇਡ ਹਾਂਜੀ ਉਹਦੀ ਧੌਣ ਤੇ ਗੋਡਾ ਰੱਖਿਆ ਸੀ ਤੇ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਸੀ ਬਿਲਕੁਲ ਜੀ ਉਸ ਬਾਬਤ ਇੱਕ ਨਵੀਂ ਅਪਡੇਟ ਆਈ ਆ ਕਿ ਜਿਹੜੇ ਉਹ ਕਾਂਸਟੇਬਲ ਸੀ ਡਾਇਰੈਕਟ ਚੌਵਨ ਉਨਾਂ ਨੂੰ ਵੀ ਐਕਸਪੈਕਟੇਸ਼ਨ ਕੀਤੀ ਜਾ ਰਹੀ ਆ ਕਿ ਇਹ ਗਿਲਟੀ ਪਲੀਡ ਕਰ ਸਕਦੇ ਆ ਹਮ ਇਹਦੇ ਕੀ ਮਾਇਨੇ ਨੇ ਦੇਖੋ ਜੀ ਪਹਿਲੀ ਤਾਂ ਗੱਲ ਇਹ ਆ ਕਿ ਜੇ ਇਸ ਇਨਸੀਡੈਂਟ ਦਾ ਜਿਸ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਤਾਂ ਸ਼ਾਇਦ ਅਮਰੀਕਾ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਹੋਈਆਂ ਹੋਣਗੀਆਂ ਹਮ ਔਰ ਇਹ ਵੀ ਮੈਂ ਕਮਾਂਗਾ ਕਿ ਅਜੇ ਹੋਣਗੀਆਂ ਵੀ ਬਿਲਕੁਲ ਕਿਉਂਕਿ ਜਿਹੜੀ ਇੱਕ ਸਮੱਸਿਆ ਜਿੰਨੀ ਵੱਡੀ ਇਹ ਸਮੱਸਿਆ ਹੈ ਨਾ ਇਹਦਾ ਹੱਲ ਇਹ ਐਕਸਪੈਕਟ ਕਰਨਾ ਕਿ ਖਤਮ ਹੋ ਜਾਵੇਗੀ ਇਹਦੀ ਉਮੀਦ ਜਿਹੜੀ ਕਰਨੀ ਆ ਉਹ ਮੈਂ ਕਿ ਥੋੜੀ ਮੁਸ਼ਕਲ ਲੱਗਦੀ ਹੈ ਜੀ ਹੁਣ ਕੱਲ ਇਹ ਕਿ ਗਿਲਟੀ ਪਲੀ ਉਹ ਕਰ ਸਕਦੇ ਨੇ ਬੁੱਧਵਾਰ ਨੂੰ ਉਹਨਦੀ ਦੁਆਰਾ ਹੀアリング ਹੋਣੀ ਹੈ ਹਮ ਅਜੇ ਉਹਨਾਂ ਨੇ ਆਪਣੇ ਤੌਰ ਤੇ ਕਿਹਾ ਕੁਝ ਨਹੀਂ ਉਹਨਾਂ ਦੇ ਜਿਹੜੇ اٹਾਰਨੀ ਨੇ ਉਹਨਾਂ ਨੂੰ ਮੀਡੀਆ ਵੱਲੋਂ ਵਾਰ-ਵਾਰ ਪੁੱਛਿਆ ਗਿਆ ਉਹਨੇ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਕਲੈਰਿਟੀ ਦੇਣ ਤੋਂ ਇਨਕਾਰ ਕੀਤਾ ਜਾਂਦਾ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਹਮ ਕਿਉਂਕਿ ਆਪਣੇ ਡਾਇਰੈਕਟ ਜਿਹੜਾ ਇਹ ਆਲਰੇਡੀ ਹਮ ਇਸ ਕੇਸ ਦੇ ਵਿੱਚ ਕਨਵਿਕਟ ਹੋ ਚੁੱਕਿਆ ਹੈ ਬਿਲਕੁਲ ਤਕਰੀਬਨ ਉਹਨਾਂ ਨੂੰ 19 ਸਾਲ ਦੀ 20 ਸਾਲ ਦੀ ਸਜ਼ਾ ਸ਼ਾਇਦ ਸਾਢੇ 22 ਸਾਲ ਦੀ ਸਾਢੇ 22 ਸਾਲ ਦੀ ਸਜ਼ਾ ਉਹਨਾਂ ਨੂੰ ਹੋ ਚੁੱਕੀ ਹੈ ਇਸੇ ਨਾਲ ਨਾਲ ਜਿਹੜੇ ਉਹਨਾਂ ਦੇ ਤਿੰਨ ਸਾਥੀ ਨੇ ਹੂੰ ਉਹਨਾਂ ਤੇ ਵੀ ਕੇਸ ਚੱਲਣਾ ਹੈ ਬਿਲਕੁਲ ਕਿਉਂਕਿ ਉਹਨਾਂ ਵਿੱਚੋਂ ਵੀ ਇਹਨਾਂ ਇੰਨੇ ਤੌਣ ਤੇ ਗੋਡਾ ਰੱਖਿਆ ਸੀ ਕਿਸੇ ਨੇ ਉਹਦੀਆਂ ਲੱਤਾਂ ਫੜੀਆਂ ਹੋਈਆਂ ਸਨ ਕਿਸੇ ਨੇ ਉਹਦੀਆਂ ਬਾਹਾਂ ਫੜੀਆਂ ਹੋਈਆਂ ਸਨ ਤੇ ਇੱਕ ਬੰਦਾ ਭੀੜ ਨੂੰ ਕੰਟਰੋਲ ਕਰ ਰਿਹਾ ਸੀ ਸੋ ਉਹਨਾਂ ਸਾਰਿਆਂ ਤੇ ਚਾਰਜ ਲੱਗਣੇ ਨੇ ਹੂੰ ਹੁਣ ਕਿャਸ ਰਾਈ ਇਹ ਲਗਾਈ ਜਾਂਦੀ ਹੈ ਕਿ ਬੁੱਧਵਾਰ ਨੂੰ ਉਹਨਾਂ ਨੇ ਆਪਣੀ ਕਿਉਂਕਿ ਪਹਿਲਾਂ ਉਹਨਾਂ ਨੇ ਨਾਟ ਗਿਲਟੀਪਲੀ ਕੀਤਾ ਸੀ ਹੂੰ ਤੇ ਹੁਣ ਉਹਨਾਂ ਨੇ ਕਿਹਾ ਕਿ ਮੈਂ ਦੁਬਾਰਾ ਆਪਣਾ ਸਟਾਂਸ ਜਿਹੜਾ ਹੈ ਉਹ ਚੇਂਜ ਕਰਨਾ ਮੈਂ ਆਪਣਾ ਸਟੈਂਡ ਚੇਂਜ ਕਰਨਾ ਹੈ ਤਾਂ ਉਮੀਦ ਇਹ ਹੀ ਕੀਤੀ ਜਾਂਦੀ ਹੈ ਕਿ ਉਹ ਸ਼ਾਇਦ ਹੁਣ ਗਿਲਟੀਪਲੀ ਕਰ ਲੈਣ ਹੂੰ ਸਵਾਲ ਇਹ ਹੈ ਕਿ ਗਿਲਟੀਪਲੀ ਕਿਉਂ ਕਰਨੀ ਦੋ ਕਾਰਨ ਹੋ ਸਕਦੇ ਨੇ ਜਿਵੇਂ ਮੈਂ ਸ਼ੁਰੂ ਵਿੱਚ ਦੱਸਿਆ ਕਿ ਇਹ ਘਟਨਾਵਾਂ ਅਮਰੀਕਾ ਦੇ ਵਿੱਚ ਰੋਜ਼ਾਨਾ ਹੁੰਦੀਆਂ ਨੇ ਉਹਨਾਂ ਦਾ ਪੱਧਰ ਉੱਚਾ ਨੀਵਾ ਹੋ ਸਕਦਾ ਹੈ ਬਿਲਕੁਲ ਇੱਥੇ ਜਾਨ ਚਲੀ ਗਈ ਵੀਡੀਓ ਉਹਦੀ ਜਿਹੜੀ ਸੀ ਉਹ ਬਣ ਕੇ ਸਾਹਮਣੇ ਆ ਗਈ ਔਰ ਵੱਡੇ ਪੱਧਰ ਤੇ ਮਾਸ ਪ੍ਰੋਟੈਸਟ ਹੋਏ ਸਾਰੀ ਦੁਨੀਆ ਵਿੱਚ ਹੋਏ ਸਾਰੀ ਦੁਨੀਆ ਦੇ ਵਿੱਚ ਹੋਏ ਔਰ ਉਹਦੇ ਕਰਕੇ ਇਹਦੇ ਜਿਹੜਾ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੁਝ ਨਾ ਕੁਝ ਬੈਟਰ ਹੋਵੇਗਾ ਲੇਕਿਨ ਕੱਲ ਇਹ ਹੈ ਕਿ ਬੈਟਰ ਤਾਂ ਹੋਵੇਗਾ ਜੇ ਕੋਈ ਵਿਅਕਤੀ ਰਿਮੋਰਸ ਫੁਲ ਹੋਵੇ ਜਿਹਨੂੰ ਅਸੀਂ ਕਹਿੰਦੇ ਕਿ ਜੇ ਕੋਈ ਵਿਅਕਤੀ ਆਪਣੇ ਮਨ ਤੋਂ ਇਹ ਗੱਲ ਕਵੇ ਕਿ ਹਾਂ ਇਹ ਮੇਰੇ ਤੋਂ ਗਲਤੀ ਹੋਈ ਹੈ ਇਹ ਮੈਂ ਠੀਕ ਨਹੀਂ ਕੀਤਾ ਲੇਕਿਨ ਇਸ ਕੇਸ ਦੇ ਵਿੱਚ ਇਹ ਗੱਲ ਨਹੀਂ 잡ਦੀ ਇਹ ਗੱਲ 잡ਦੀ ਹੈ ਕਿ ਟੈਕਨੀਕਲ ਰੀਜ਼ਨ ਹੋ ਸਕਦੇ ਨੇ ਹੋ ਸਕਦਾ ਹੈ ਕਿ ਕਿਉਂਕਿ ਅਕਸਰ ਅਸੀਂ ਵੀ ਕਈ ਵਾਰੀ ਦੇਖਦੇ ਆਂ ਅਗਰ ਸਪੀਡਿੰਗ ਟਿਕਟ ਮਿਲੀ ਹੋਵੇ ਤੇ ਤੁਹਾਨੂੰ ਜਿਹੜੇ ਤੁਹਾਡੇ ਸਲਾਹਕਾਰ ਨੇ ਤੁਸੀਂ ਜਾਣੇ ਯਾਰ ਮੈਨੂੰ ਸਪੀਡਿੰਗ ਟਿਕਟ ਮਿਲ ਗਈ ਉਹ ਕਹਿੰਦਾ ਕਿ ਇਦਾਂ ਕਰ ਵੀ ਤੇਰਾ ਚਾਰਾ ਕੋਈ ਨਹੀਂ ਕੈਮਰੇਜ ਫੋਟੋ ਆ ਗਈ ਹੈ ਸਾਰਾ ਕੁਝ ਤੇਰੀ ਸਪੀਡ ਵੀ ਰਿਕਾਰਡ ਹੋ ਗਈ ਤਾਂ ਤੂੰ ਚੁੱਪ ਕਰਕੇ ਗਿਲਟੀ ਪਲੇ ਕਰ ਦੇ ਹੋ ਸਕਦਾ ਤੇਰੇ ਪੁਆਇੰਟ ਵੱਜ ਜਾਣ ਸੋ ਇਹ ਜਿਹੜੀ ਘਟਨਾ ਹੈ ਇਹ ਜਿਹੜੀ ਸਿਚੁਏਸ਼ਨ ਹੈ ਇਸੇ ਤਰ੍ਹਾਂ ਦੀ ਹੈ ਕਿ ਹੋ ਸਕਦਾ ਉਹਨਾਂ ਦੀ ਸਦਾ ਜਿਹੜੀ ਹੈ ਜਿਹੜੇ ਹੁਣ ਇਹਰੇ ਉਹਨਾਂ ਤੇ ਕਿਉਂਕਿ ਇੱਕ ਕੇਸ ਤੇ ਵੀ ਸਜ਼ਾ ਹੋਈ ਹੈ ਜੀ ਹਾਂਜੀ ਇਸ ਦੇ ਦੁਆਰਾ ਇਨਵੈਸਟੀਗੇਸ਼ਨ ਜਾਂ ਇਹਦੇ ਹੋਰ ਕੀ ਸਟੈਪਸ ਨੇ ਕੇਸ ਦੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਆਪਣੀ ਜਾਨ ਨੂੰ ਉਹਨਾਂ ਨੇ ਆਪਣੇ ਜਿਹੜਾ ਥੋੜਾ ਸਿਚੁਏਸ਼ਨ ਠੀਕ ਕਰਨ ਦੇ ਯਤਨ ਜਿਹੜੇ ਨੇ ਉਹ ਉਹਨੂੰ ਉਸ ਚੀਜ਼ ਦੇ ਯਤਨ ਹੋ ਰਹੇ ਨੇ ਬਾਕੀ ਕੋਈ ਰਿਮੋਰਸ ਫੁੱਲ ਵਾਲੀ ਗੱਲ ਨਹੀਂ ਬਿਲਕੁਲ ਜੀ ਮਰਡਰ ਔਰ ਮੈਨ ਸਲੋਟਰ ਜਿਹੜਾ ਵਾ ਇਹ ਕੇਸ ਦੇ ਉੱਪਰ ਕਨਵਿਕਟ ਹੋ ਚੁੱਕੇ ਆ ਪਰ ਜਿਹੜੇ ਉਹ ਲਾਇਡ ਦੇ ਸਿਵਲ ਰਾਈਟਸ ਸੀਗੇ ਉਹਦੇ ਉੱਪਰ ਗੱਲਬਾਤ ਚੱਲ ਰਹੀ ਆ ਬਿਲਕੁਲ ਸਿਵਲ ਰਾਈਟਸ ਤੇ ਜਿਹੜਾ ਕੇਸ ਆ ਉਹ ਚੱਲਣਾ ਔਰ ਉਹ ਸਿਵਲ ਰਾਈਟਸ ਦਾ ਜਿਹੜਾ ਕੇਸ ਆ ਉਹ ਦੂਜੇ ਜਿਹੜੇ ਤਿੰਨ ਵਿਅਕਤੀ ਸਨ ਉਹਨਾਂ ਤੇ ਵੀ ਬਰਾਬਰ ਦਾ ਚੱਲੇਗਾ ਬਿਲਕੁਲ ਹਾਂਜੀ ਤੇ ਹੁਣ ਗੱਲਬਾਤ ਕਰਦੇ ਹਾਂ ਜੀ ਅਲਬਰਟਾ ਸਰਕਾਰ ਦੀ ਹਮ ਅਲਬਰਟਾ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਜਿਹੜਾ ਵਾ ਬਿੱਲ ਪੇਸ਼ ਕੀਤਾ ਗਿਆ ਬਿੱਲ 81 ਹਾਂਜੀ ਉਹ ਬਿੱਲ ਇੰਨਾ ਕਿ ਜ਼ਿਆਦਾ ਚਰਚਿਤ ਰਿਹਾ ਵਿਧਾਨ ਸਭਾ ਦੇ ਵਿੱਚ ਉਹਦੇ ਉੱਪਰ ਹੰਗਾਮਾ ਵੀ ਹੋਇਆ اپੋਜੀਸ਼ਨ ਪਾਰਟੀਆਂ ਨੇ ਵਿਰੋਧ ਕੀਤਾ ਇਵਨ ਰੂਲਿੰਗ ਪਾਰਟੀ ਜਿਹੜੀ ਯੂਸੀਪੀ ਹੈ ਹਾਂਜੀ ਉਹਦੇ ਤਿੰਨ ਮੈਂਬਰਾਂ ਨੇ ਤਿੰਨ ਐਮਐਲਏਸ ਨੇ ਵੀ ਉਹਦੇ ਅਗੇਂਸਟ ਵੋਟ ਪਾਈ ਹੂੰ ਹੂੰ ਉਹ ਜਿਹੜਾ ਬਿੱਲ ਆ ਇੰਨਾ ਵਿਵਾਦਿਤ ਕੀ ਆ ਔਰ ਕੀ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਜਿਹੜੇ ਆ ਸਾਹਮਣੇ ਆ ਸਕਦੇ ਨੇ ਦੇਖੋ ਜੀ ਇਹ ਜੀਐਸ ਬਿੱਲ ਦੀ ਤੁਸੀਂ ਚਰਚਾ ਕਰ ਰਹੇ ਹੋ ਪਿਛਲੇ ਬੁੱਧਵਾਰ ਨੂੰ ਇਸ ਬਿੱਲ ਤੇ ਡਿਬੇਟ ਹੋਈ ਹੈ ਅਲਬਰਟਾ ਦੀ ਅਸੈਂਬਲੀ ਦੇ ਵਿੱਚ ਜੀ ਔਰ ਕਹਿੰਦੇ ਨੇ ਕਿ ਸਵੇਰੇ 3 ਵਜੇ ਤੱਕ ਇਹ ਡਿਬੇਟ ਚੱਲੀ ਹੈ ਹੂੰ ਔਰ ਜਿਹਦੇ ਵਿੱਚ ਬਹੁਤ ਸਾਰੀਆਂ ਹੀਟਡ ਆਰਗੂਮੈਂਟਸ ਵੀ ਹੋਈਆਂ ਨੇ ਬਿਲਕੁਲ ਲੋਕਾਂ ਨੇ ਆਪਣੀ ਕੁਰਸੀਆਂ ਤੋਂ ਆਪਣੀ ਉਹਨਾਂ ਤੋਂ ਉੱਠ-ਉੱਠ ਕੇ ਵੀ ਇੱਕ ਦੂਜੇ ਦੇ ਤੇ ਠੀਕ ਹੈ ਗੱਲਾਂ-ਬਾਤਾਂ ਕੀਤੀਆਂ ਨੇ ਲੇਕਿਨ ਕਾਫੀ ਅਗਰੈਸਿਵ ਕਿਸਮ ਦੀ ਡਿਸਕਸ਼ਨ ਇਹਨੂੰ ਕਹਿ ਲਾਓ ਜਾਂ ਇਸ ਦੇ ਇਸ ਦੇ ਉਲਟ ਜਾਂ ਇਸ ਦੇ ਹੱਕ ਦੇ ਵਿੱਚ ਜਿਹੜਾ ਪ੍ਰਚਾਰ ਹੋਇਆ ਲੇਕਿਨ ਜਿਹੜਾ ਬਿੱਲ ਹੈ ਬਿੱਲ ਦਾ ਜਿਹੜਾ ਮੁੱਖ ਜਿਹੜੀਆਂ ਦੋ ਗੱਲਾਂ ਨੇ ਪਹਿਲੀ ਗੱਲ ਇਹ ਹੈ ਕਿ ਇਹ ਬਿੱਲ ਜਿਹੜੀ ਪਾਰਟੀ ਨੇ ਆਪਣੀਆਂ ਇਲੈਕਸ਼ਨ ਹੋਣੀਆਂ ਨੇ ਉਸ ਦੇ ਨਾਲ ਸੰਬੰਧਤ ਇਸ ਦੇ ਵਿੱਚ ਕੋਈ ਤਬਦੀਲੀਆਂ ਕਰਨ ਦਾ ਯਤਨ ਕੀਤਾ ਗਿਆ ਹੈ ਮੈਂ ਆਪ ਜੀ ਨੂੰ ਦੱਸਦਾ ਕਿ ਆਉਣ ਵਾਲੇ ਮਾਰਚ ਦਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜਾ ਲੀਡਰਸ਼ਿਪ ਰਿਵਿਊ ਹੋਣਾ ਹੈ ਯੂਸੀਪੀ ਦਾ ਜਿਹਦੇ ਵਿੱਚ ਜੈਸਨ ਕੈਨੀ ਹੋਣਾ ਦੀ ਕਾਰਗੁਜ਼ਾਰੀ ਦਾ ਜਿਹੜਾ ਉਹਨਾਂ ਨੇ ਲੇਖਾ ਜੋਖਾ ਕਰਨਾ ਹੈ ਔਰ ਇਹ ਬਿਲ ਜਿਹੜਾ ਹੈ ਇੱਕ ਇੱਕ ਕਿਸਮ ਦਾ ਉਸੇ ਦੀ ਬੈਕਗ੍ਰਾਉਂਡ ਦੇ ਪਿੱਛੇ ਉਹਦੀ ਇੱਕ ਬੈਕਗ੍ਰਾਉਂਡ ਹੈ ਉਹਦੇ ਨਾਲ ਹੋਰ ਵੀ ਕੁਝ ਕਾਰਨ ਨੇ ਜਿਹਦੇ ਵਿੱਚ ਜਿਵੇਂ ਕਿ ਇਹ ਇਹ ਗੱਲ ਖਬਰਾਂ ਦੇ ਵਿੱਚ ਆ ਰਹੀ ਸੀ ਕਿ ਕਿਉਂਕਿ ਇਲੈਕਸ਼ਨ ਆਉਣੀਆਂ ਐ ਅਲਬਰਟਾ ਦੇ ਵਿੱਚ ਤੇ ਇਸ ਵਕਤ ਜਿਹੜੀ ਫੰਡ ਰੇਜ਼ਿੰਗ ਕੰਪੇਨ ਹੈ ਉਹਦੇ ਵਿੱਚ ਜਿਹੜੀ ਆਪਣੀ ਐਨ ਡੀ ਪੀ ਹੈ ਉਹਦਾ ਪੱਲਾ ਥੋੜਾ ਜਿਹਾ ਭਾਰੀ ਹੈ ਤੇ ਤੇ ਯੂ ਸੀ ਪੀ ਨੂੰ ਲੱਗ ਰਿਹਾ ਕਿ ਅਸੀਂ ਕਿਸੇ ਤਰ੍ਹਾਂ ਪੈਸੇ ਇਕੱਠੇ ਕਰਨੇ ਨੇ ਤਾਂ ਇੱਕ ਤੇ ਮੱਦ ਜਿਹੜੀ ਸੀ ਉਹ ਐ ਸੀ ਕਿ ਕਿਸੇ ਤਰ੍ਹਾਂ ਜਿਹੜੀ ਕੈਪ ਹੈ ਡੋਨੇਸ਼ਨ ਦੇਣ ਦੀ ਫੰਡ ਦੇਣ ਦੀ ਉਹਨੂੰ ਵਧਾਇਆ ਜਾਵੇ ਜੀ ਉਹ ਕੈਪ ਤੇ ਬਹੁਤ ਜ਼ਬਰਦਸਤ ਬਹਿਸ ਹੋਈ ਲੇਕਿਨ ਉਹ ਕੈਪ ਜਿਹੜਾ ਉਹ ਉਹ ਜਿਹੜੀ ਉਹ ਚਰਮੀਮ ਸੀ ਜਾਂ ਉਹ ਚੇਂਜ ਸੀ ਉਹ ਨਹੀਂ ਹੋ ਸਕੀ ਕੈਪ ਹੁਣ ਦੁਬਾਰਾ 4000 ਤੇ ਰਹਿ ਗਈ ਹੈ ਲੇਕਿਨ ਦੂਜੀ ਜਿਹੜੀ ਵੱਡੀ ਗੱਲ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਜੇਸਨ ਕੈਨੀ ਹੁਣਾਂ ਨੇ ਜਦੋਂ ਲੀਡਰਸ਼ਿਪ ਦੀ ਰੇਸ ਜਿੱਤੀ ਸੀ ਤੇ ਉਹਨਾਂ ਨੇ ਆਪਣੇ ਬ੍ਰਾਇਨ ਜੀਨ ਹੁਣਾਂ ਨੂੰ ਹਰਾਇਆ ਸੀ ਤੇ ਉਸ ਫਾਈਟ ਦੇ ਵਿੱਚ ਉਸੇ ਵੇਲੇ ਤੋਂ ਇਹਨਾਂ ਤੇ ਇਲਜ਼ਾਮ ਲੱਗੇ ਸਨ ਕਿ ਇਹਨਾਂ ਨੇ ਗਲਤ ਤਰੀਕੇ ਨਜ਼ਾਇਜ਼ ਤਰੀਕੇ ਵਰਤ ਕੇ ਵੋਟਾਂ ਪੁਆਈਆਂ ਨੇ ਜਿਹਦੇ ਵਿੱਚ ਕਹਿਲਗੀ ਦੇ ਕੁਝ ਸੱਜਣ ਸਨ ਜਿਨ੍ਹਾਂ ਨੇ ਜਿਹੜੇ ਸੰਤਾ ਯੂਸੀਪੀ ਦੇ ਲੇਕਿਨ ਉਹਨਾਂ ਨੇ ਬੜਾ ਓਪਨਲੀ ਦੱਸਿਆ ਸੀ ਕਿ ਕਿਸ ਤਰ੍ਹਾਂ ਵੋਟਾਂ ਖਰੀਦ ਕੇ ਤੇ ਜਿਸਨ ਕੈਨੀ ਹੋਣਾਂ ਦੇ ਹੱਕ ਦੇ ਵਿੱਚ ਵੋਟਾਂ ਪੁਆਈਆਂ ਗਈਆਂ ਸਨ ਜੀ ਸੋ ਉਸੇ ਗੱਲ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਹੁਣ ਇਹ ਗੱਲ ਕਹੀ ਗਈ ਹੈ ਇੱਕ ਪਾਸੇ ਤਾਂ ਅਸੀਂ ਇਹ ਸ਼ੋਅ ਕਰਦੇ ਹਾਂ ਕਿ ਅਸੀਂ ਕਿਸੇ ਤਰ੍ਹਾਂ ਇਹ ਜਿਹੜੀ ਲੂਪ ਖੋਲਣੀ ਇਹਨਾਂ ਨੂੰ ਪਲੱਗ ਕਰੀਏ ਦੂਜੇ ਸੀ ਕਹਿੰਦੇ ਆ ਕਿ ਇੱਕ ਵਿਅਕਤੀ ਜਿਹੜਾ ਜਿਹੜੀ ਇੱਕ ਜਿਹੜਾ ਦੂਜਾ ਇਸ ਬਿੱਲ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਚੀਜ਼ ਲਾਗੂ ਹੋਈ ਹੈ ਕਿ ਇੱਕ ਵਿਅਕਤੀ ਜਿਹੜਾ ਹੈ ਉਹ ਤਕਰੀਬਨ 4000 ਅਮਾਉਂਟ ਦੀ ਰਾਸ਼ੀ ਤੱਕ ਦੀ ਮੈਂਬਰਸ਼ਿਪ ਦੀਆਂ ਵੋਟਾਂ ਬਣਵਾ ਸਕਦਾ ਹੈ ਉਹ ਅਗਰ ਅਗਰ ਮੈਂ 4000 ਖਾਚਣ ਲਈ ਸਹਿਮਤ ਹਾਂ ਤੇ ਮੈਂ 400 ਜਿਹੜੇ ਲੋਕ ਨੇ ਉਹਨਾਂ ਦੀ ਮੈਂਬਰਸ਼ਿਪ ਤੇ ਪੈਸੇ ਮੈਂ ਦੇ ਸਕਦਾ ਤੇ ਜ਼ਰੂਰੀ ਨਹੀਂ ਮੈਂ ਉਹਨਾਂ ਨੂੰ ਡਿਸਕਲੋਸ ਵੀ ਕਰਾਂ ਹਮ ਜਿਹੜੀ ਜਿਹੜੀ ਇਹ ਗੱਲ ਇਹ ਨੇ ਜੀ ਕਿ ਅਗਰ ਮੈਂ ਕਿਸੇ ਦੀ ਮੈਂਬਰਸ਼ਿਪ ਤੇ ਪੈਸੇ ਦੇ ਵੀ ਰਿਆਂ ਤੇ ਮੈਨੂੰ ਮੇਰੇ ਲਈ ਇਹ ਜ਼ਰੂਰੀ ਨਹੀਂ ਕਿ ਮੈਂ ਉਹਨੂੰ ਦੱਸਾਂ ਕਿ ਮੈਂ ਤੇਰੀ ਮੈਂਬਰਸ਼ਿਪ ਲੈ ਲਈ ਹੈ ਜੀ ਇਸ ਮਸਿਆਲੀ ਗੱਲ ਹੈ ਇਹ ਕਿਉਂਕਿ ਜਿਹੜੇ ਲੋਕ ਡਿਬੇਟ ਕਰ ਰਹੇ ਸਨ ਜਿਹੜੇ ਤਿੰਨ ਮੈਂਬਰ ਯੂਸੀਪੀ ਦੇ ਵੀ ਸਨ ਜਿਹਦੇ ਵਿੱਚ ਇੱਕ ਸਟ੍ਰੈਥ ਮੋਰ ਦੇ ਹਲਕੇ ਦੇ ਐਮਐਲਏ ਸਨ ਜਿਨ੍ਹਾਂ ਨੇ ਖਾਸ ਕਰਕੇ ਬਹੁਤ ਫੀਅਰਿਅਸਲੀ ਇਸ ਚੀਜ਼ ਨੂੰ ਓਪੋਜ਼ ਕੀਤਾ ਜੀ ਉਹ ਕਹਿੰਦੇ ਨੇ ਕਿ ਅਗਰ ਤੁਸੀਂ ਕਿਸੇ ਲਈ ਮੈਂਬਰਸ਼ਿਪ ਖਰੀਦ ਵੀ ਰਹੇ ਹੋ ਪੈਸੇ ਤੁਸੀਂ ਦੇ ਵੀ ਰਹੇ ਹੋ ਤੇ ਤੁਸੀਂ ਉਹਦੇ ਕੋਲੋਂ ਰਿਟਰਨ ਅਪਰੂਵਲ ਲਾਓ ਬਿਲਕੁਲ ਕਨਸੈਂਟ ਲਓ ਤੁਸੀਂ ਕਨਸੈਂਟ ਲਓ ਉਹਦੇ ਕੋਲ ਕਿ ਮੈਂ ਜਿਹੜਾ ਆ ਉਹ ਮੈਂ ਤੁਹਾਡੀ ਮੈਂਬਰਸ਼ਿਪ ਤੇ ਪੈਸੇ ਦੇ ਰਿਹਾ ਜਾਂ ਮੈਂ ਤੁਹਾਡੇ ਲਈ ਮੈਂਬਰਸ਼ਿਪ ਲੈ ਰਿਹਾ ਲੇਕਿਨ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਅਲਬਰਟਾ ਦੀ ਪੋਲਿਟਿਕਸ ਦੇ ਵਿੱਚ ਇਹਦਾ ਕੀ ਅਸਰ ਹੋਏਗਾ ਇਹ ਤਾਂ ਤੇ ਮੈਨੂੰ ਇਹਦਾ ਤੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਡੈਫੀਨੇਟਲੀ ਇਸ ਵਕਤ ਜਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਜੇਸਨ ਕੈਨੀ ਸਾਹਿਬ ਘਰੇ ਹੋਏ ਨੇ ਉਹਨਾਂ ਦੀ ਸਿਚੁਏਸ਼ਨ ਜਿਹੜੀ ਆ ਉਸ ਤੇ ਬਹੁਤ ਜ਼ਿਆਦਾ ਅਸਰ ਪਏਗਾ। ਅਗਰ ਕਿਉਂਕਿ ਜਿਹੜਾ ਉਹਨਾਂ ਤੇ ਕੇਸ ਚੱਲ ਰਿਹਾ ਉਹ ਇਸੇ ਗੱਲ ਦਾ ਚੱਲ ਰਿਹਾ ਹੈ। ਤੇ ਅਗਰ ਇਸ ਤੇ ਲਾਭ ਬਣ ਜਾਂਦਾ ਤਾਂ ਫੇਰ ਉਹ ਸਾਫ਼ ਬਰੀ ਹੋ ਜਾਂਦੇ ਨੇ। ਜੀ। ਤੋਂ ਮੈਨੂੰ ਜਿਹੜਾ ਲੱਗਦਾ ਹੈ ਕਿ ਜਿਹੜੀ ਇਹ ਬਿਲ ਦੇ ਵਿੱਚ ਸੋਧ ਕਰਨ ਦਾ ਜਾਂ ਇੱਕ ਨਵੀਂ ਮਦ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਉਹ ਸਿਰਫ ਜੇਸਨ ਕੈਨੇ ਦੀ ਜਾਨ ਨੂੰ ਜਿਹੜੀ ਉਹਨਾਂ ਦੀ ਜਾਨ ਤੇ ਬਣੀ ਹੋਈ ਹੈ ਉਹਨੂੰ ਛੁਟਕਾਰਾ ਦਿਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਠੀਕ ਹੈ ਜੀ। ਤੇ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਕੋਵਿਡ-19 ਦਾ ਇੱਕ ਨਵਾਂ ਵੇਰੀਐਂਟ ਹਾਂਜੀ। ਓਮਿਕਰੋਨ ਜਿਹੜਾ ਵਾ ਸਾਊਥ ਅਫਰੀਕਾ ਤੋਂ ਕਿਹਾ ਜਾਂਦਾ ਵੀ ਉੱਥੋਂ ਚੱਲਿਆ ਹਾਂਜੀ ਔਰ ਕਾਫੀ ਫੈਲ ਵੀ ਚੁੱਕਿਆ ਵਾ ਅਗਰ ਆਪਾਂ ਲਬਰਟਾ ਦੀ ਗੱਲ ਕਰੀਏ ਤੇ ਅੱਜ ਦੀ ਡੇਟ ਤੱਕ 30 ਕੇਸ ਜਿਹੜੇ ਆ ਉਹ ਇੱਥੇ ਹੋ ਚੁੱਕੇ ਨੇ ਹਾਂਜੀ ਇਸ ਦੇ ਮੱਦੇਨਜ਼ਰ ਕੈਨੇਡਾ ਗਵਰਨਮੈਂਟ ਵੱਲੋਂ ਕਈ ਰੈਸਟ੍ਰਿਕਸ਼ਨਸ ਵੀ ਲਗਾਈਆਂ ਗਈਆਂ ਸੀ ਟਰੈਵਲ ਨੂੰ ਲੈ ਕੇ ਹਾਂਜੀ ਤੇ ਉਹਦੇ ਬਾਬਤ ਇੱਕ ਨਵੀਂ ਖਬਰ ਆਈ ਹੈ ਕਿ ਕੈਨੇਡਾ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਹਨੇ ਕੁਝ ਟਰੈਵਲ ਐਗਜ਼ੈਂਪਸ਼ਨ ਦਿੱਤੀਆਂ ਨੇ ਜਿਹੜੇ ਕੈਨੇਡੀਅਨ ਸਾਊਥ ਅਫਰੀਕਾ ਦੇ ਵਿੱਚ ਰਹਿੰਦੇ ਨੇ ਔਰ ਵਾਪਸ ਆਉਣਾ ਚਾਹੁੰਦੇ ਨੇ ਹਾਂਜੀ ਉਹ ਗੱਲ ਇਹ ਹੈ ਜੀ ਕਿ ਇਹ ਜਿਹੜੀ ਰੈਸਟ੍ਰਿਕਸ਼ਨ ਸਾਊਥ ਅਫਰੀਕਾ ਤੋਂ ਉਹਨਾਂ ਨੇ ਚੇਂਜ ਕੀਤੀ ਹੈ ਹੂੰ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਇਹ ਸਿਮਿਲਰ ਰੈਸਟ੍ਰਿਕਸ਼ਨਸ ਪਹਿਲਾਂ ਇੰਡੀਆ ਤੋਂ ਜਿਹੜੇ ਟਰੈਵਲ ਕਰਦੇ ਸਨ ਉਹਨਾਂ ਤੇ ਵੀ ਲਗਾਈਆਂ ਗਈਆਂ ਸਨ ਜੀ ਔਰ ਮੈਨੂੰ ਯਾਦ ਹੈ ਮੈਂ ਖੁਦ ਉਸ ਵੇਲੇ ਇੰਡੀਆ ਮੈਨੂੰ ਜਾਣਾ ਪਿਆ ਸੀ ਕਿਸੇ ਫੈਮਿਲੀ ਮੈਟਰਸ ਕਰਕੇ ਉਹਦੇ ਵਿੱਚ ਰੀਜ਼ਨ ਬੜਾ ਕਲੀਅਰਲੀ ਦੱਸਿਆ ਗਿਆ ਸੀ ਕਿ ਅਸੀਂ ਇੰਡੀਆ ਤੋਂ ਜਿਹੜਾ ਟੈਸਟ ਹੋਇਆ ਅਸੀਂ ਉਹਨੂੰ ਸੈਪਟ ਨਹੀਂ ਕਰਦੇ ਜੀ ਸੇਮ ਗੱਲ ਪਹਿਲਾਂ ਜਿਹੜੇ ਆਪਣੇ ਸਾਊਥ ਅਫਰੀਕਨ ਕੰਟਰੀਜ਼ ਨੇ ਜਿਹੜੇ ਅਫਰੀਕਨ ਕੰਟਰੀਜ਼ ਨੇ ਉਹਨਾਂ ਤੇ ਸੇਮ ਕੰਡੀਸ਼ਨ ਲਗਾਈ ਸਗੇ ਸੀ ਕਿ ਅਸੀਂ ਤੁਹਾਡੇ ਟੈਸਟ ਸੈਪਟ ਨਹੀਂ ਕਰਨੇ ਤੁਸੀਂ ਕਿਸੇ ਹੋਰ ਮੁਲਕ ਤੋਂ ਟੈਸਟ ਕਰਵਾ ਕੇ ਆਓ ਉਹਦੇ ਵਿੱਚ ਹੁਣ ਉਹਤੇ ਥੋੜਾ ਜਿਹਾ ਬੈਕਲੈਸ਼ ਹੋਇਆ ਇੰਡੀਆ ਜਾਂ ਕਿਉਂਕਿ ਪਾਕਿਸਤਾਨ ਤੋਂ ਵੀ ਪਹਿਲਾਂ ਹੋਇਆ ਸੀ ਉਸ ਵੇਲੇ ਕੋਈ ਖਾਸ ਬੈਕਲੈਸ਼ ਨਹੀਂ ਹੋਇਆ ਔਰ ਇਹ ਜਿਹੜੀ ਕੰਡੀਸ਼ਨ ਸੀ ਕਾਫੀ ਦੇਰ ਚੱਲਦੀ ਰਹੀ ਲੇਕਿਨ ਇਹ ਜਿਹੜੇ ਹੁਣ ਜੋ ਹੀ ਨਹੀਂ ਕੰਮ ਕੀਤਾ ਅਫਰੀਕਾ ਵਾਲੇ ਕੰਟਰੀਜ਼ ਨਾਲ ਉਹਨਾਂ ਕੰਟਰੀ ਵੱਲੋਂ ਇੱਥੇ ਬੈਕਲੈਸ਼ ਹੋਇਆ ਕੋਈ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਹੋਏ ਕਿ ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਹੋ ਤੁਸੀਂ ਸਾਡੇ ਨਾਲ ਡਿਸਕ੍ਰਿਮੀਨੇਟ ਕਰ ਰਹੇ ਹੋ ਉਸੇ ਨਜ਼ਰ ਉਸੇ ਗੱਲ ਦੇ ਮੱਦੇ ਨਜ਼ਰ ਰੱਖਦੇ ਹੋਏ ਇਹ ਹੁਣ ਜਿਹੜੀ ਸਿਚੁਏਸ਼ਨ ਹੋਣੀ ਕਿਹਾ ਕਿ ਤਕਰੀਬਨ 7 ਜਨਵਰੀ ਤੱਕ ਅਸੀਂ ਅਲਾਉ ਕਰਦੇ ਹਾਂ ਕਿ ਅਗਰ ਤੁਸੀਂ ਉੱਥੋਂ ਤੁਸੀਂ ਟੈਸਟ ਕਰਾ ਕੇ ਆਉਂਦੇ ਹੋ ਤੇ ਤੁਹਾਨੂੰ ਕੋਈ ਇਸ਼ੂ ਨਹੀਂ ਹੈ ਤੁਸੀਂ ਆ ਸਕਦੇ ਹੋ ਥਰਡ ਕੰਟਰੀ ਤੋਂ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਤੁਹਾਨੂੰ ਥਰਡ ਕਾਟਰੀ ਤੋਂ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਥਰਡ ਕੰਟਰੀ ਤੋਂ ਕਰਾ ਕੇ ਆਓ ਸੋ ਇੱਕ ਰਾਹਤ ਸੋ ਇੱਕ ਰਾਹਤ ਹੈ ਜੀ ਭਾਜੀ ਹੁਣ ਜਾਂਦਾ ਜਾਂਦਾ ਹੈ ਆਪਾਂ ਇੱਕ ਕੁੜੀ ਹੈ ਸੰਧੂਆਂ ਦੀ ਹਾਂਜੀ ਹਰਨਾਜ਼ ਕੌਰ ਸੰਧੂ ਹਮ ਮਿਸ ਯੂਨੀਵਰਸ ਬਣੀ ਹੈ ਬਿਲਕੁਲ ਜੀ ਉਹਨੂੰ ਵਧਾਈ ਦੇ ਚਲੀਏ ਜੀ ਬਿਲਕੁਲ ਜੀ ਬਿਨਾਂ ਸ਼ੱਕ ਆਗਰ ਇੰਡੀਆ ਦੀ ਗੱਲ ਕਰਦੇ ਆਂ ਅਸੀਂ ਹਮ ਤੇ ਮਿਸ ਯੂਨੀਵਰਸ 세 ਤੀਜੀ ਵਾਰ ਇੰਡੀਆ ਨੇ ਖਿਤਾਬ ਜਿੱਤਿਆ ਜੀ ਹਾਂਜੀ ਪਹਿਲੀ ਵਾਰ 1994 ਦੇ ਵਿੱਚ ਸ਼ੁਸ਼ਮਤਾ ਸੇਨ ਬਣੇ ਸਨ ਬਿਲਕੁਲ ਉਸ ਤੋਂ ਬਾਅਦ ਲਾਰਾ দত্ত ਬਣੇ ਸਨ ਸ਼ਾਇਦ 2002 ਦੇ ਵਿੱਚ ਤੇ ਇਹ ਹੁਣ ਜਿਹੜਾ ਹੈ ਹਰਨਾਜ਼ ਕੌਰ ਸੰਧੂ ਹਮ ਉਹਨਾਂ ਦੇ ਸਿਰ ਤੇ ਇਹ ਜਿਹੜਾ ਤਾਜ ਸਜੈਜ ਖੂਬਸੂਰਤੀ ਦਾ ਤਾਜ ਹੈ ਖੂਬਸੂਰਤੀ ਦਾ ਤਾਜ ਹੈ ਔਰ ਇਹਦੇ ਵਿੱਚ ਕੱਲੀ ਖੂਬਸੂਰਤੀ ਨਹੀਂ ਉਹਦੇ ਵਿੱਚ ਜਿਹੜਾ ਇਹ ਵਿਅਕਤੀ ਹੈ ਉਹਦੀ ਪਰਸਨੈਲਿਟੀ ਤੇ ਉਹਦੀ ਕੀ ਸੋਚ ਹੈ ਉਹਦੇ ਦੀ ওভারঅল ਪਰਸਨੈਲਿਟੀ ਦੀ ਵੈਲਿਊਏਸ਼ਨ ਕੀਤੀ ਜਾਂਦੀ ਹੈ ਔਰ ਕੁੱਲ ਮਿਲਾ ਕੇ ਮੈਂ ਕਹਾਂਗਾ ਕਿ ਸਮੁੱਚੇ ਭਾਰਤ ਲਈ ਔਰ ਪੰਜਾਬ ਲਈ ਜਿਵੇਂ ਤੁਸੀਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਪਰਿਵਾਰ ਹਾਂ ਔਰ ਮੈਂ ਸਮਝਦਾ ਕਿ ਬਾਕੀ ਵਧਾਈ ਦੇ ਪੱਤ ਨੇ ਜੀ ਵਧੀਆ ਗੱਲ ਹੈ ਜੀ ਫਿਰ ਲਈਏ ਜੀ ਜਜਤਾ ਹੁਣ ਦਰਸ਼ਕਾਂ ਦਾ ਹੁਣ ਬੇਨਾਸ਼ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਮਾਂ ਕੱਢਿਆ ਫਿਰ ਸਦਾ ਦਿੰਦੇ ਆ ਜੀ ਤੁਹਾਨੂੰ ਬਹੁਤ ਮਿਹਰਬਾਨੀ ਸੋ ਇਹ ਸੰਜੀ ਸਰਦਾਰ ਗੁਰਿੰਦਰ ਸਿੰਘ ਹੀਰ ਸਾਡੀ ਟੀਮ ਦੇ ਅਹਿਮ ਮੈਂਬਰ ਨੇ ਆਸ ਕਰਦੇ ਆ ਕਿ ਅੱਜ ਜਿਹੜੇ ਕਰੰਟ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਪ੍ਰੋਗਰਾਮ ਤੁਹਾਨੂੰ ਪਸੰਦ ਆਵੇਗਾ ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਉਮੀਦ ਤੁਹਾਡੀ ਕੋਸ਼ਿਸ਼ ਸਾਡੀ ਤੇ ਮਨਜੀਤ ਸਿੰਘ ਫੈਰਮਾਨ ਨੂੰ ਦੋ ਜੀ ਇਜਾਜ਼ਤ ਧੰਨਵਾਦ